ਨਮਸਕਾਰ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਹੈਲੋ ਗਲੋਬਲ ਪੰਜਾਬ ਸ਼ੋਅ 'ਚ ਨੌਰਥ ਅਮਰੀਕਾ ਦੇ ਗਲੋਬਲ ਪੰਜਾਬ ਟੀਵੀ ਅਤੇ ਕੈਨੇਡਾ ਦੇ ਚੈਨਲ ਪੰਜਾਬੀ ਦੇ ਦਰਸ਼ਕਾਂ ਦਾ ਅੱਜ ਵੀ ਸਵਾਗਤ ਹੈ। ਅੱਜ ਆਪਾਂ ਗੱਲ ਕਰਾਂਗੇ ਸਿਆਸੀ ਲੀਡਰਾਂ ਵੱਲੋਂ ਪਾਰਟੀ ਬਦਲਣ ਦੇ ਰੁਝਾਨ ਬਾਰੇ। ਇਸ ਸਿਲਸਿਲੇ ਦਾ ਸਾਡੀ ਸਿਆਸਤ ਅਤੇ ਲੋਕਤੰਤਰ 'ਤੇ ਕੀ ਅਸਰ ਹੈ, ਇਹ ਮਸਲਾ ਆਪਾਂ ਅੱਜ ਵਿਚਾਰਾਂਗੇ। ਇਹਦੇ 'ਤੇ ਅਸੀਂ ਤੁਹਾਡੇ ਵਿਚਾਰ ਵੀ ਲਵਾਂਗੇ, ਪਰ ਉਸ ਤੋਂ ਪਹਿਲਾਂ ਮੈਂ ਰੋਜ਼ ਵਾਂਗੂ ਅੱਜ ਵੀ ਦੱਸ ਦੇਵਾਂ ਕਿ ਤੁਸੀਂ ਇਸ ਸ਼ੋਅ ਨੂੰ ਨੌਰਥ ਅਮਰੀਕਾ ਦੇ ਪੈਸਿਫਿਕ ਟਾਈਮ ਮੁਤਾਬਿਕ ਸ਼ਾਮੀ 5:30 ਅਤੇ ਈਸਟਰਨ ਟਾਈਮ ਮੁਤਾਬਿਕ ਸ਼ਾਮੀ 8:30 ਲਾਈਵ ਮੰਡੇ ਤੋਂ ਫਰਾਈਡੇ ਦੇਖ ਸਕਦੇ ਜੇ। ਲਾਈਵ ਸ਼ੋਅ ਇੱਥੋਂ ਦੇ ਸਮੇਂ ਅਨੁਸਾਰ, ਭਾਰਤੀ ਸਮੇਂ ਅਨੁਸਾਰ, ਸਵੇਰੇ 7 ਤੋਂ 8 ਵਜੇ ਹੁੰਦਾ ਹੈ। ਹੁਣ ਆਉਂਦੇ ਹਾਂ ਆਪਾਂ ਅੱਜ ਦੇ ਮਸਲੇ 'ਤੇ। ਹਰ ਲੋਕ ਸਭਾ ਅਤੇ ਵਿਧਾਨ ਸਭਾ ਚੋਣ ਤੋਂ ਪਹਿਲਾਂ ਬਹੁਤ ਸਾਰੇ ਸਿਆਸੀ ਲੀਡਰ ਆਪਣੀਆਂ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਿਲ ਹੁੰਦੇ ਨੇ। ਇਹੋ ਹੀ ਰੁਝਾਨ ਜਿਹੜਾ ਵਾ, ਇਹੋ ਹੀ ਕੁਝ 2017 ਦੀਆਂ ਪੰਜਾਬ ਚੋਣਾਂ ਤੋਂ ਪਹਿਲਾਂ ਹੁਣ ਹੋ ਰਿਹਾ ਹੈ। ਪਿਛਲੇ 3 ਕੁ ਮਹੀਨਿਆਂ 'ਚ ਕਰੀਬ 1 ਦਰਜਨ ਲੀਡਰਾਂ ਨੇ ਪਾਰਟੀ ਬਦਲੀ ਹੈ ਅਤੇ ਆਉਣ ਵਾਲੇ ਦਿਨਾਂ 'ਚ ਕਈ ਹੋਰਾਂ ਨੇ ਇਹ ਕਰਨ ਦੇ ਆਸਾਰ ਨੇ। ਵੈਸੇ ਤਾਂ ਚੁਣੇ ਹੋਏ ਨੁਮਾਇੰਦਿਆਂ ਉੱਪਰ ਤਾਂ ਐਂਟੀ ਡਿਫੈਕਸ਼ਨ ਕਾਨੂੰਨ ਲਾਗੂ ਆ, ਪਰ ਚੋਣਾਂ ਤੋਂ ਪਹਿਲਾਂ ਪਾਰਟੀ ਰੱਦੋ ਬਦਲ ਉੱਪਰ ਕੋਈ ਪਾਬੰਦੀ ਨਹੀਂ ਲੱਗ ਸਕਦੀ। ਜਿਹੜੇ ਕਹਿੰਦੇ ਸੁਣਦੇ ਲੀਡਰਾਂ ਨੇ ਆਪਣੀ ਪਾਰਟੀ ਛੱਡ ਕੇ ਦੂਜੀ ਪਾਰਟੀ ਦਾ ਪੱਲਾ ਫੜਿਆ, ਉਹਨਾਂ 'ਚ ਹੈ ਸੁਖਪਾਲ ਖਹਿਰਾ, ਦੁਪਿੰਦਰ ਢਿੱਲੋਂ ਔਰ ਕੁਝ ਹੋਰ ਲੀਡਰ। ਸੁਖਪਾਲ ਖਹਿਰਾ, ਤੁਹਾਨੂੰ ਪਤਾ ਹੀ ਆ ਕਿ ਭੁਲੱਥ ਹਲਕੇ ਤੋਂ ਬਤੌਰ ਕਾਂਗਰਸ ਉਮੀਦਵਾਰ ਅਕਾਲੀ ਦਲ ਦੇ ਬੀਬੀ ਜਗੀਰ ਕੌਰ, ਬੜੇ ਦਿੱਗਜ ਲੀਡਰ ਆ ਬੀਬੀ ਜਗੀਰ ਕੌਰ, SGPC ਦੇ ਪ੍ਰਧਾਨ ਵੀ ਰਹੇ ਆ, ਉਹਨਾਂ ਦੇ ਖਿਲਾਫ਼ ਸੁਖਪਾਲ ਖਹਿਰਾ ਚੋਣ ਲੜਦੇ ਆਏ ਆ। ਹਾਲ ਹੀ ਵਿੱਚ ਉਹਨਾਂ ਆਪ ਜੁਆਇਨ ਕੀਤੀ ਆ। ਬੜਾ ਪੁਰਾਣਾ ਇਹਨਾਂ ਦਾ ਇੱਕ ਸਿਆਸੀ ਪਰਿਵਾਰ ਆ। ਸਰਦਾਰ ਸੁਖਜਿੰਦਰ ਸਿੰਘ ਇਹਨਾਂ ਦੇ ਪਿਤਾ ਜਿਹੜੇ ਆ ਉਹ ਅਕਾਲੀ ਦਲ ਦੇ ਮਿਨਿਸਟਰ ਵੀ ਸਨ। ਇਸੇ ਤਰ੍ਹਾਂ ਦੁਪਿੰਦਰ ਢਿੱਲੋਂ, ਜੋ ਪੁਰਾਣੇ ਕਾਂਗਰਸੀ ਨੇ, ਉਹ ਵਾਪਸ ਕਾਂਗਰਸ ਪਰਤ ਗਏ। ਉਹ ਕਾਂਗਰਸ ਲੀਡਰ ਪ੍ਰਨੀਤ ਕੌਰ ਦੇ ਨੇੜੇ ਸਮਝੇ ਜਾਂਦੇ ਆ, ਪਰ ਪਿਛਲੀਆਂ ਚੋਣਾਂ 'ਚ ਕਾਂਗਰਸ ਟਿਕਟ ਨਾ ਮਿਲਣ ਕਰਕੇ ਉਹਨਾਂ ਅਕਾਲੀ ਦਲ ਦਾ ਹੱਥ ਥਾਮਿਆ ਸੀ। ਜਿਹੜੇ ਹੋਰ ਲੀਡਰਾਂ ਨੇ ਆਪਣੀ ਪਾਰਟੀ ਛੱਡੀ ਹੈ, ਉਹਨਾਂ 'ਚ ਨੇ ਕਰਨਲ CD ਸਿੰਘ ਕੰਬੋਜ, ਉਹ ਪੁਰਾਣੇ ਪੰਜਾਬ BSP ਦੇ ਪ੍ਰਧਾਨ ਰਹੇ ਆ, ਫਿਰ ਕਾਂਗਰਸ ਚਲੇ ਗਏ। 2 ਚੋਣਾਂ ਕਾਂਗਰਸ ਬਤੌਰ ਕਾਂਗਰਸ ਲੀਡਰ ਉਹ ਜਿੱਤ ਨਹੀਂ ਸਕੇ, ਪਿੱਛੇ ਜੇ ਉਹ ਆਪ 'ਚ ਸ਼ਾਮਿਲ ਹੋ ਗਏ। ਇਸੇ ਤਰ੍ਹਾਂ ਹੈਰੀ ਮਾਨ ਅਕਾਲੀ ਦਲ ਤੋਂ ਵਾਪਸ ਕਾਂਗਰਸ ਚਲੇ ਗਏ। ਪੁਰਾਣੇ ਕਾਂਗਰਸੀ ਆ, ਪਰ ਫਿਰ ਕੁਝ ਮਹੀਨਿਆਂ ਤੋਂ, ਕੁਝ ਸਾਲਾਂ ਤੋਂ ਉਹ ਐਕਚੁਲੀ ਅਕਾਲੀ ਦਲ ਦੇ ਨਾਲ ਸਨ, ਔਰ ਇਨਫੈਕਟ ਇਨਫੋਰਮੇਸ਼ਨ ਕਮਿਸ਼ਨਰ ਵੀ ਸੀ ਪੰਜਾਬ ਦੇ ਵਿੱਚ। ਗਾਇਕ ਬਲਕਾਰ ਸਿੱਧੂ, ਜੋ ਕਿਸੇ ਵੇਲੇ ਆਪ ਦੀ ਹਾਮੀ ਭਰਦੇ ਰਹੇ ਆ, ਉਹ ਵੀ ਕੁਝ ਦਿਨ ਪਹਿਲਾਂ ਕਾਂਗਰਸ 'ਚ ਸ਼ਾਮਿਲ ਹੋ ਗਏ। ਇਸੇ ਤਰ੍ਹਾਂ ਮਸ਼ਹੂਰ ਕ੍ਰਿਕਟਰ ਅਤੇ TV ਸਟਾਰ ਨਵਜੋਤ ਸਿੱਧੂ ਅਤੇ ਉਹਨਾਂ ਦੇ ਜਿਹੜੇ ਘਰੋਂ ਆ ਡਾਕਟਰ ਨਵਜੋਤ ਕੌਰ, MLA ਵੀ ਆ, CPS ਵੀ ਆ, ਉਹ ਵੀ ਭਾਜਪਾ ਦੇ ਨਾਲ ਦੋਵੇਂ ਜਣੇ ਨਾ ਖੁਸ਼ ਨੇ। ਕੋਈ ਵੱਡੀ ਗੱਲ ਨਹੀਂ ਹੋਊਗੀ ਜੇ ਉਹ ਵੀ ਭਾਜਪਾ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਦੀ ਵਾਗਡੋਰ ਜਿਹੜੀ ਆ ਉਹ ਫੜ ਲੈਣ। ਸਿਆਸੀ ਲੀਡਰਾਂ ਵੱਲੋਂ ਆਪਣੀ ਪਾਰਟੀ ਛੱਡ ਕੇ ਦੂਜੀ ਪਾਰਟੀ ਦਾ ਦਾਮਨ ਫੜਨ ਦੇ ਕੀ ਕਾਰਨ ਨੇ? ਕੀ ਇਹ ਸਿੱਧੇ ਤੌਰ 'ਤੇ ਚੋਣ ਜਿੱਤਣ ਦਾ ਇੱਕ ਜ਼ਰੀਆ ਹੈ? ਇਸ ਟ੍ਰੈਂਡ ਦਾ ਸਾਡੇ ਲੋਕਤੰਤਰ 'ਤੇ, ਸਾਡੀ ਚੋਣ ਪ੍ਰਣਾਲੀ 'ਤੇ ਕੀ ਅਸਰ ਹੈ? ਅਸੀਂ ਤੁਹਾਡੇ ਵਿਚਾਰ ਵੀ ਸਾਂਝੇ ਕਰਨੇ ਚਾਹੁੰਦੇ ਹਾਂ। ਕੁਝ ਸੱਜਣ ਸਾਡੇ ਨਾਲ ਆਲਰੇਡੀ ਜੁੜੇ ਆ, ਦੇਖਦੇ ਹਾਂ ਉਹਨਾਂ ਦੇ ਕੀ ਵਿਚਾਰ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਮੈਂ ਸ਼ੇਰਗਿੱਲ ਬੋਲਦਾ ਲਾਸ ਏਂਜਲਸ ਤੋਂ। ਹਾਂਜੀ ਹਾਂਜੀ ਸ਼ੇਰਗਿੱਲ ਜੀ। ਜੀ ਸੰਧੂ ਸਾਹਿਬ, ਪਹਿਲਾਂ ਤਾਂ ਸਾਹਿਬ ਤੋਂ ਜਦੋਂ ਇਹ ਸਿਆਸੀ ਜਿਹੜੇ ਲੀਡਰ ਆ ਬਦਲੀ ਉਦੋਂ ਹੀ ਕਰਦੇ ਆ ਜਦੋਂ ਕਿ ਇਲੈਕਸ਼ਨ ਨੇੜੇ ਆ ਜਾਂਦੇ ਆ ਜੀ। ਸੋ ਇਹ ਤੋਂ ਸਰੀਆਮ ਇਹ ਆਪਾਂ ਨੂੰ ਮਿਲਦਾ ਪ੍ਰੂਫ ਵੀ ਇਹ 99% ਮੇਰਾ ਖਿਆਲ ਆ ਵੀ ਇਹ ਨਾ ਖੁਸ਼ ਹੋ ਕੇ ਟਿਕਟਾਂ ਦੀ ਇਹਨਾਂ ਨੂੰ ਨਾ ਮਿਲਣ ਕਰਕੇ ਜਾਂ ਕੋਈ ਜ਼ਿੰਮੇਵਾਰ ਅਹੁਦਾ ਨਾ ਮਿਲਣ ਕਰਕੇ ਅਤੇ ਮੋਸਟਲੀ ਵੀ ਚੋਣ ਦੇ ਜਾਂ ਆਪਣੀ ਟਿਕਟ ਨਾ ਮਿਲਣ ਕਰਕੇ ਹੀ ਦੂਜੇ ਪਾਸੇ ਜਾਂਦੇ ਆ। ਸ਼ੇਰਗਿੱਲ ਜੀ, ਇਹ ਸਿਰਫ ਆਪਣੇ ਪੰਜਾਬ 'ਚ, ਇੰਡੀਆ 'ਚ ਕਿਉਂ ਟ੍ਰੈਂਡ ਆ, ਬਾਹਰਲੇ ਮੁਲਕਾਂ 'ਚ ਕਿਉਂ ਨਹੀਂ? ਜਿੱਥੇ ਤੁਸੀਂ ਰਹਿੰਦੇ ਜੇ ਅਮਰੀਕਾ 'ਚ, ਉੱਥੇ ਬਹੁਤ ਘੱਟ ਸੁਣੀਦਾ ਵਾ ਵੀ ਕੋਈ ਡੈਮੋਕ੍ਰੈਟ ਜਿਹੜਾ ਵਾ ਉਹ ਕੰਜ਼ਰਵੇਟਿਵ ਪਾਰਟੀ ਚਲਾ ਗਿਆ ਜਾਂ ਕੰਜ਼ਰਵੇਟਿਵ ਤੋਂ ਡੈਮੋਕ੍ਰੈਟ ਹੋ ਗਿਆ। ਨਹੀਂ ਬਿਲਕੁਲ ਕਿਹਾ ਸੰਧੂ ਸਾਹਿਬ, ਤੁਸੀਂ ਠੀਕ ਆ ਨਾ ਵੀ ਇੱਥੋਂ ਦੀ ਰਾਜਨੀਤੀ ਦਾ ਹੀ ਫਰਕ ਹੈ। ਐਕਚੁਲੀ ਇੱਥੋਂ ਦੀ ਰਾਜਨੀਤੀ ਸਾਫ਼ ਹੈ ਸੰਧੂ ਸਾਹਿਬ ਵੀ ਸਾਡੇ ਲੋਕਾਂ 'ਚ ਉਹੀ ਜਿਹੜਾ ਵੀ ਮਤਲਬ ਇੱਕ ਦੂਜੇ ਪਾਸੇ ਛਾਲਾ ਮਾਰ ਕੇ ਵੀ ਰਾਜਨੀਤੀ 'ਚ ਸਾਡੇ ਲੋਕ ਆ ਜਿਹੜੇ ਮੋਸਟਲੀ ਨੇਮ ਜਾਂ ਫੇਮ ਖੱਟਣ ਲਈ ਜਾਂ ਪੈਸੇ ਖੱਟਣ ਲਈ ਜਾਂ ਚੌਧਰ ਲਈ ਜਾਂ ਨਾ ਖੱਟਣ ਲਈ ਆਉਂਦੇ ਆ ਜਾਂ ਲੋਕਾਂ 'ਚ ਆਪਦਾ ਦਿੱਖ ਬਣਾਉਣ ਲਈ ਆਉਂਦੇ ਆ। ਇੱਥੇ ਗੱਲਾਂ ਮੇਰੇ ਖਿਆਲ ਜ਼ਿਆਦਾ ਲਾਗੂ ਨਹੀਂ ਕਰਦੀਆਂ, ਇੱਥੇ ਸੇਵਾ ਦੀ ਭਾਵਨਾ ਨਾਲ ਹੁੰਦਾ ਵਾ ਕਾਫੀ ਕੁਛ। ਰਾਈਟ ਰਾਈਟ
ਸੋ ਇਹਨੂੰ ਇਹਨੂੰ ਆਪਾਂ ਰੋਕ ਕਿਵੇਂ ਸਕਦੇ ਹਾਂ? ਰੋਕਣ ਦੀ ਲੋੜ ਹੈ ਕਿ ਠੀਕ ਹੈ ਜਿਵੇਂ ਚੱਲ ਰਿਹਾ? ਨਹੀਂ ਨਹੀਂ ਸੰਧੂ ਸਾਹਿਬ, ਇਹਨੂੰ ਰੋਕਣਾ ਚਾਹੀਦਾ। ਇਹ ਇਲੈਕਸ਼ਨ ਕਮਿਸ਼ਨ ਕੰਨੀਓ ਹੀ ਕੋਈ ਪਾਬੰਦੀ ਹੋਣੀ ਚਾਹੀਦੀ ਹੈ ਵੀ ਤੁਸੀਂ ਆਪਣਾ ਦਾ ਕੋਈ ਇਹ ਪਾਰਟੀ ਛੇਤੀ ਤੁਸੀਂ ਛੱਡ ਨਹੀਂ ਸਕਦੇ। ਜੋ ਛੇਤੀ ਜੇ ਕੋਈ ਛੱਡ ਕੇ ਜਾਂਦਾ ਕੋਈ ਇਹੋ ਜਿਹੀ ਰੋਕ ਹੋਵੇ, ਉਹ 5-7 ਸਾਲ ਬਾਅਦ ਚੋਣ ਹੀ ਨਹੀਂ ਲੜ ਸਕਦਾ। ਜਿਵੇਂ ਕੋਈ ਇਹੋ ਜਿਹੀ ਇਹਦੇ 'ਤੇ ਇਹੋ ਜਿਹੀ ਪ੍ਰੀਖਿਆ ਲਾ ਦਿੱਤੀ ਜਾਵੇ ਤਾਂ ਕਿ ਇਹ ਮੁਹਾਲ ਨਾ ਕਰਨ, ਜ਼ਿਆਦਾਤਰ ਲਾਲਚ ਨਾ ਕਰਨ। ਪਰ ਸੰਧੂ ਸਾਹਿਬ, ਮੈਂ ਇੱਕ ਗੱਲ ਕਹੂੰਗਾ ਵੀ ਜਿਹੜੀਆਂ ਮਾੜੀਆਂ ਰੁਚੀਆਂ ਹੁੰਦੀਆਂ, ਜਦੋਂ ਪਾਰਟੀ ਛੱਡ ਕੇ ਜਾਂਦੇ, ਸਭ ਤੋਂ ਵੱਡਾ ਨੁਕਸਾਨ ਇਹ ਹੁੰਦਾ ਜਿਹੜੀਆਂ ਕਿਸੇ ਵੀ ਮਨੁੱਖ 'ਚ ਰੁਚੀਆਂ ਜਿਹੜੀਆਂ ਮਾੜੀਆਂ, ਉਹ ਇੱਕਦਮ ਤਾਂ ਪੈਦਾ ਨਹੀਂ ਹੁੰਦੀਆਂ, ਰਾਈਟ? ਜੀ ਜੀ, ਉਹ ਚਿਰ ਤੋਂ ਹੀ ਆਈਆਂ ਹੁੰਦੀਆਂ। ਉਹਨਾਂ ਨੂੰ ਇੱਕ ਪਾਰਟੀ 'ਚੋਂ ਛੱਡ ਕੇ ਜਾਣਾ, ਕਿਉਂਕਿ ਇੱਕ ਜਿਹੜੀ ਪਾਰਟੀ 'ਚ ਪਹਿਲਾਂ ਰਹਿੰਦੇ, ਜਿਹੜੀਆਂ ਰੁਚੀਆਂ ਉਹਨਾਂ ਦੀਆਂ ਬਣੀਆਂ, ਜਿਹੋ ਜਿਹੀ ਢੰਗ ਨਾਲ ਪਾਰਟੀ ਕੰਮ ਕਰਦੀ ਹੈ, ਲੋਕਾਂ 'ਚ ਵਿਚਰਦੀ ਹੈ, ਚਾਹੇ ਉਹ ਲੋਕ ਪੱਖੀ ਹੈ ਜਾਂ ਹੁੰਦੇ ਕਿ ਨਹੀਂ ਹੁੰਦੇ, ਉਹ ਰੁਚੀਆਂ ਛੇਚਦੇ ਜਾਣਗੀਆਂ, ਅਤੇ ਉਹ ਦੂਜੀ ਪਾਰਟੀ 'ਚ ਆ ਕੇ ਵੀ ਕੀ ਕਰੂਗਾ? ਮਤਲਬ ਵੀ ਮੇਰਾ ਖਿਆਲ ਹੈ ਵੀ ਇਹ ਲੋਕਤੰਤਰ ਲਈ ਵੀ ਮਾੜਾ ਹੈ, ਲੋਕਾਂ ਲਈ ਵੀ ਧੋਖਾ ਹੈ। ਇਹ ਇੱਕ ਕਿਸਮ ਦਾ ਜਿਸ ਤਰ੍ਹਾਂ ਆਪਾਂ ਕਹਿ ਲਓ ਨੁਕਸਾਨ ਵੀ ਆ, ਪੈਸੇ ਦਾ ਵੀ, ਸਮੇਂ ਦਾ ਵੀ, ਕਿਉਂਕਿ ਇਹਨਾਂ ਦੀਆਂ ਕਈ ਵਾਰ ਬਦਲੀਆਂ ਕਾਰਨ ਹੀ, ਮਤਲਬ ਜਿੰਮੀ ਚੋਣਾਂ ਹੁੰਦੀਆਂ ਜਿਵੇਂ ਅਮੋਗੇ ਵਾਲੀ ਹੋਈ, ਉਹ ਇੱਕ ਭਾਰ ਬਣਦਾ ਪੈਸੇ ਦਾ ਵੀ ਅਤੇ ਇੱਕ ਸਮੇਂ ਦਾ ਵੀ, ਇੱਥੇ ਲੋਕਾਂ 'ਚ ਵਾਦ ਵਿਵਾਦ ਚੱਲਦੇ ਆ, ਲੜਾਈਆਂ ਹੁੰਦੀਆਂ, ਇਹ ਸਾਰੇ ਪਾਸੇ ਨੁਕਸਾਨ ਹੀ ਹੈ ਇਹਦੇ, ਲੋਕਤੰਤਰ ਵੀ, ਲੋਕਾਂ ਲਈ ਵੀ, ਅਤੇ ਮੇਰੇ ਖਿਆਲ ਸਰਕਾਰ ਜਿਹੜੀ ਬਾਡੀ ਆ ਉਹਦੇ ਲਈ ਵੀ। ਦੋ ਤਿੰਨ ਸ਼ੇਰਗਿੱਲ ਸਾਹਿਬ ਨੇ ਬੜੇ ਇੰਪੋਰਟੈਂਟ ਅਹਿਮ ਪੁਆਇੰਟ ਅੱਗੇ ਰੱਖੇ ਆ। ਲੋਕਾਂ ਦੇ ਟਾਈਮ ਦੀ ਬਰਬਾਦੀ ਆ, ਇਹਦੇ ਕਰਕੇ ਕਈ ਵਾਰ ਜ਼ਿਮਨੀ ਚੋਣਾਂ ਕਰਾਉਣੀਆਂ ਪੈਂਦੀਆਂ ਵਾ ਜਦੋਂ ਪਾਰਟੀ ਬਦਲੀ ਜਾਂਦੀ ਆ, ਔਰ ਇਸ ਟ੍ਰੈਂਡ 'ਤੇ ਲੀਡਰਾਂ ਦੇ ਇੱਕ ਪਾਰਟੀ ਤੋਂ ਦੂਜੇ ਪਾਰਟੀ ਜਾਣ 'ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਉਹਨਾਂ ਨੇ ਸੁਝਾਅ ਦਿੱਤਾ ਵਾ ਵੀ ਉਹਨੂੰ ਦਖਲ ਦੇਣਾ ਚਾਹੀਦਾ ਵਾ। ਦੇਖਦੇ ਹਾਂ ਬਾਕੀ ਜਿਹੜੇ ਸਾਡੇ ਸੱਜਣ ਆ, ਦਰਸ਼ਕ ਆ, ਉਹ ਇਸ 'ਤੇ ਕੀ ਵਿਚਾਰ ਰੱਖਣਾ ਚਾਹੁੰਦੇ ਆ। ਹੈਲੋ, ਗੁੱਡ ਮਾਰਨਿੰਗ ਸੰਤ ਸਰ। ਗੁੱਡ ਮਾਰਨਿੰਗ ਜੀ ਅਨੁਰਾਗ ਜੀ। ਸਰ ਜੀ, ਸਰ ਜੋ ਅੱਜ ਦਾ ਤੁਹਾਡਾ ਇਸ਼ੂ ਰੱਖਿਆ ਤੁਸੀਂ, ਬਹੁਤ ਇੰਪੋਰਟੈਂਟ ਇਸ਼ੂ ਹੈ ਜੀ, ਕਿ ਜਿਵੇਂ ਲੋਕ ਪਾਰਟੀਆਂ ਚੇਂਜ ਕਰ ਲੈਂਦੇ ਆ ਤੇ ਲੋਕਾਂ ਦੇ ਉਸਦੇ ਉੱਤੇ ਲੋਕਾਂ ਨੂੰ ਕਿਹਦੇ ਰਿਐਕਟ ਕਿਵੇਂ ਕਰਨਾ ਚਾਹੀਦਾ ਜੀ ਜੀ। ਪਰ ਵਟ ਆਈ ਪਰਸਨਲੀ ਫੀਲ ਕਿ ਆਪਣੇ ਇੰਡੀਆ ਦੇ ਵਿੱਚ ਮੋਰਲੀ ਇੰਨੀ ਡਿਗਰੇਡੇਸ਼ਨ ਹੋ ਗਈ ਤੇ ਜਿਹੜੇ ਨੇਤਾ ਵੀ ਜਿਹੜੇ ਹੈ ਸਾਡੇ ਵਿੱਚੋਂ ਨਿਕਲ ਕੇ ਆਉਂਦੇ ਹੈ ਤੇ ਕਿਸੇ ਦੀ ਕੋਈ ਮੋਰਲ ਵੈਲਿਊ ਨਹੀਂ ਹੈ, ਕਿਸੇ ਦਾ ਕੋਈ ਮਤਲਬ ਨਹੀਂ ਹੈ, ਕੋਈ ਸਿਧਾਂਤ ਨਹੀਂ ਹੈ, ਕੁਛ ਨਹੀਂ ਹੈ ਜੀ। ਸਭ ਤੋਂ ਸਿਰਫ ਜਿੱਤਣਾ, ਕਿੱਥੋਂ ਜਿੱਤ ਸਕਦੇ ਹਾਂ ਅਸੀਂ ਜੀ? ਜੇ ਕਿਸੇ ਨੂੰ ਲੱਗੇ ਵੀ ਅਕਾਲੀ ਜਿੱਤ ਰਹੇ ਹਾਂ, ਉਹ ਅਕਾਲੀ ਕਿ ਨਹੀਂ ਹੋ ਜਾਂਦੇ ਹੈ ਜੀ? ਜੇ ਲੱਗਦਾ ਆਪ ਜਿੱਤ ਰਹੇ ਹਾਂ, ਆਪ ਕਿ ਨਹੀਂ ਹੋ ਜਾਂਦੇ ਹੈ ਜੀ? ਮਤਲਬ ਇਸ ਚੀਜ਼ ਦਾ ਕੋਈ ਮੈਟਰ ਕਰਦਾ ਹੀ ਨਹੀਂ ਹੈ ਵੀ ਮਤਲਬ ਕਿ ਪਾਰਟੀ ਦੀ ਥਿੰਕਿੰਗ ਕਿਆ। ਹੁਣ ਦੂਸਰੀ ਜਿਹੜਾ ਪੁਆਇੰਟ ਸੀਗਾ ਵੀ ਉਹਨੂੰ ਹਟਾਇਆ ਕਿਵੇਂ ਜਾ ਸਕਦਾ ਜੀ? ਜਦ ਤੱਕ ਲੋਕ ਨਹੀਂ ਇਹ ਕਹਿੰਦੇ ਵੀ ਜਿਹੜਾ ਬੰਦਾ ਹੈ ਵੀ ਉਹ ਚੇਂਜ ਹੋ ਕੇ ਅੱਜ ਇੱਥੇ ਤੇ ਉੱਥੇ ਕਿਵੇਂ ਚੱਲਾ ਗਿਆ, ਤਾਂ ਹਰਾਉਂਦੇ ਨਹੀਂ ਹੈ ਜੀ, ਜਦ ਤੱਕ ਜਿਹੜਾ ਇਹਦਾ ਕੋਈ ਹੱਲ ਨਹੀਂ ਹੈ। ਜੇ ਲੋਕ ਕਹਿੰਦੇ ਵੀ ਤੁਹਾਡੀ ਕੋਈ ਸਟੈਂਡ ਨਹੀਂ ਹੈ ਵੀ ਹੁਣ ਅਸੀਂ 2 ਮਹੀਨੇ ਪਹਿਲਾਂ ਅਸੀਂ ਅਕਾਲੀ ਸੀਗੇ, ਹੁਣ ਅਚਾਨਕ ਅਸੀਂ ਕਾਂਗਰਸੀ ਕਿਵੇਂ ਹੋ ਗਏ, ਜਾਂ ਪਹਿਲਾਂ ਅਸੀਂ ਕਾਂਗਰਸ ਸੀ ਹੁਣ ਅਸੀਂ ਅਚਾਨਕ ਹੀ ਅਕਾਲੀ ਕਿਵੇਂ ਹੋ ਗਏ, ਵੀ ਤੁਹਾਡੀ ਪਾਰਟੀ ਦਾ ਸਟੈਂਡ ਕੀ ਹੈ? ਜਦ ਤੱਕ ਲੋਕ ਉਹਦੇ ਕੇਸ ਨਹੀਂ ਕੁਛ ਆਵਾਜ਼ ਚੱਕਦੇ, ਜਦ ਤੱਕ ਕੁਛ ਨਹੀਂ ਹੋਣਾ, ਕਿਉਂਕਿ ਇਵੈਂਚੁਅਲੀ ਸਿਲੈਕਟ ਤਾਂ ਲੋਕਾਂ ਨੇ ਹੀ ਕਰਨਾ ਹੈ। ਮਿਹਰਬਾਨੀ ਮਿਹਰਬਾਨੀ ਅਨੁਰਾਗ, ਅਨੁਰਾਗ ਦੀ ਫੀਲਿੰਗ ਆ ਕਿ ਲੋਕਾਂ ਵੱਲੋਂ ਇਹਦੇ 'ਤੇ ਰਿਐਕਸ਼ਨ ਹੋਣਾ ਚਾਹੀਦਾ ਵਾ। ਸ਼ੇਰਗਿੱਲ ਸਾਹਿਬ ਇਹਨਾਂ ਤੋਂ ਜਿਹੜੇ ਪਹਿਲੇ ਕਾਲਰ ਸੀ ਉਹਨਾਂ ਕਿਹਾ ਸੀ ਵੀ ਇਲੈਕਸ਼ਨ ਕਮਿਸ਼ਨ ਨੂੰ ਇਹਦੇ 'ਤੇ ਰੋਕਥਾਮ ਲਾਉਣਾ ਚਾਹੀਦਾ ਵਾ। ਅਸੀਂ ਅੱਜ ਗੱਲ ਕਰ ਰਹੇ ਹਾਂ ਪਾਰਟੀ 'ਚੋਂ ਡਿਫੈਕਟ ਕਰਨ ਦਾ ਜਿਹੜਾ ਟ੍ਰੈਂਡ ਆ ਉਹਦੇ 'ਤੇ ਕੀ ਕਰਨ ਦੀ ਲੋੜ ਆ। ਕਾਫੀ ਲੋਕ ਜਿਹੜੇ ਆ ਉਹ ਪਿਛਲੇ ਦਿਨਾਂ ਦੇ ਵਿੱਚ ਪੰਜਾਬ 'ਚ ਆਪਣੀਆਂ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ ਦੇ ਦਮ ਉਹਨਾਂ ਫੜਿਆ। ਇਹ ਟ੍ਰੈਂਡ ਜਿਹੜਾ ਵਾ ਇਹ ਸਾਡੇ ਲੋਕਤੰਤਰ ਵਾਸਤੇ ਕੀ ਮਾਇਨਾ ਰੱਖਦਾ ਵਾ, ਇਹ ਅਸੀਂ ਅੱਜ ਮਸਲਾ ਜਿਹੜਾ ਵਾ ਵਿਚਾਰ ਰਹੇ ਹਾਂ, ਇਹਦੇ 'ਤੇ ਤੁਹਾਡੇ ਵਿਊਜ਼ ਜਿਹੜੇ ਆ ਸਾਂਝੇ ਕਰ ਰਹੇ ਹਾਂ। ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ। ਹੈਲੋ ਹੈਲੋ, ਹਾਂਜੀ ਹਾਂਜੀ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਮੈਂ ਸਤਿੰਦਰਪਾਲ ਸਿੰਘ ਬੋਲ ਰਿਹਾ ਜੀ, ਕੈਲਗਰੀ ਤੋਂ, ਅਲਬਰਟਾ ਤੋਂ। ਹਾਂਜੀ ਭਾਈ ਸਾਹਿਬ। ਹਾਂ ਜੀ, ਮੈਂ ਤੁਹਾਡਾ ਟੌਪਿਕ ਦੇਖਿਆ ਜੀ, ਇਹ ਬਹੁਤ ਵਧੀਆ ਟੌਪਿਕ ਹੈ, ਔਰ ਮੇਰੇ ਹਿਸਾਬ ਨਾਲ ਇਹ ਜੋ ਆਪਾਂ ਦਲ ਬਦਲੀ ਹੈ ਇਹ ਐਟਲੀਸਟ ਆਪਾਂ ਪੂਰੀ ਤਰ੍ਹਾਂ ਬੰਦ ਤਾਂ ਨਹੀਂ ਕਰ ਸਕਦੇ, ਬਟ ਜਿੱਦਾਂ ਜੇ ਇਲੈਕਟਡ ਰਿਪ੍ਰੈਜੈਂਟੇਟਿਵ ਹੈ, ਜਿੱਦਾਂ ਮੋਗੇ ਹੋਇਆ ਸੀ ਜਾਂ ਕੋਈ ਹੋਰ ਇੱਕ ਜਗ੍ਹਾ ਬਠਿੰਡਾ ਤਲਵੰਡੀ ਸਾਹਿਬ ਹੋਇਆ, ਉਹ ਇਹਦਾ ਨੂੰ ਕੋਈ ਇੱਦਾਂ ਇਲੈਕਸ਼ਨ ਕਮਿਸ਼ਨ ਇੱਦਾਂ ਕੋਈ ਰੂਲ ਬਣਾਉਣਾ ਚਾਹੀਦਾ ਹੈ ਕਿ ਇਮੀਜੀਏਟਲੀ ਅਗਰ ਤੁਸੀਂ ਡਿਸਪੋਜ਼ ਇਹਨਾਂ ਦੇ ਜੇਕਰ ਰਿਜ਼ਾਈਨ ਕਰਕੇ ਇਮੀਜੀਏਟਲੀ ਦੂਜੀ ਪਾਰਟੀ ਨੂੰ ਟਿਕਟ ਨਹੀਂ, ਉਹਨਾਂ 10 ਸਾਲ ਲਈ ਜਾਂ 5 ਸਾਲ ਲਈ ਬੈਨ ਕਰ ਦਿਓ ਇਲੈਕਸ਼ਨ ਲੜਨ ਤੋਂ। ਦੇਖੋ, ਜਾਂ ਤਾਂ ਬੈਨ ਕਰ ਸਕਦੇ ਜੇ ਇਹ ਦਲ ਬਦਲੀ ਨੂੰ ਰੋਕਣ ਵਾਸਤੇ, ਜਾਂ ਤੁਸੀਂ ਇਹ ਵੀ ਕਹਿ ਸਕਦੇ ਜੇ ਤੁਸੀਂ ਇਲੈਕਟਡ ਲੀਡਰ ਜੇ ਔਰ ਤੁਸੀਂ ਪਾਰਟੀ ਛੱਡਦੇ ਜੇ ਅਤੇ ਜਿਹੜਾ ਤੁਹਾਡਾ ਨੰਬਰ 2 ਸੀ ਇਲੈਕਸ਼ਨ ਦੇ ਵਿੱਚ ਉਹ MLA ਜਾਂ MP ਕਰਾਰ ਦਿੱਤਾ ਜਾਵੇ, ਇਹਦੇ ਨਾਲ ਬਹੁਤ ਵੱਡੀ ਚੈੱਕ ਹੋਊਗੀ। ਕਿਉਂਕਿ ਕਈ ਵਾਰ ਪਾਰਟੀਆਂ ਜਿਹੜੀਆਂ ਵਾ ਉਹ ਕੀ ਕਰਾਉਂਦੀਆਂ ਵਾ ਵੀ ਕਿਸੇ ਬੰਦੇ ਨੂੰ ਰਿਜ਼ਾਈਨ ਕਰਾ ਕੇ ਅਤੇ ਫਿਰ ਦੁਬਾਰਾ ਇਲੈਕਸ਼ਨ ਕਰਾ ਕੇ ਅਤੇ ਉਸੇ ਬੰਦੇ ਨੂੰ ਦੂਜੀ ਪਾਰਟੀ ਦੇ ਟਿਕਟ 'ਤੇ ਜਿਤਾ ਲੈਂਦੀਆਂ ਵਾ। ਇੱਕ ਤਾਂ ਪੈਸੇ ਦੀ ਬਰਬਾਦੀ, ਇੱਕ ਸਮੇਂ ਦੀ ਬਰਬਾਦੀ ਹੈ। ਜੇ ਇਹ ਹੋਵੇ ਵੀ ਜੇ ਤੁਸੀਂ ਇਲੈਕਟਡ ਰੈਪ੍ਰਜੈਂਟੇਟਿਵ ਜੇ MLA ਜੇ MP ਜੇ ਕਿਸੇ MLA ਦੀ
ਪਾਰਟੀ 'ਚੋਂ ਡਿਫੈਕਸ਼ਨ ਕੋਈ ਕਰਦਾ ਵਾ ਅਤੇ ਉੱਥੇ ਜਿਹੜਾ ਨੰਬਰ 2 ਸੀਗਾ ਪਿਛਲੀ ਇਲੈਕਸ਼ਨ 'ਚ ਉਹ ਇਲੈਕਟਡ ਵਿਨਰ ਡਿਕਲੇਅਰ ਹੋ ਜਾਵੇ, ਜੇ ਇਹ ਕੀਤਾ ਜਾਵੇ ਤਾਂ ਇਹਦੇ ਨਾਲ ਵੀ ਕਾਫੀ ਫਰਕ ਪੈ ਸਕਦਾ ਵਾ। ਬਹੁਤ ਬਹੁਤ ਮਿਹਰਬਾਨੀ, ਬਹੁਤ ਵਧੀਆ ਸੁਝਾਵ ਔਰ ਵੱਖਰੇ ਸੁਝਾਵ ਇਸ ਮਸਲੇ 'ਤੇ ਸਾਡੇ ਦਰਸ਼ਕਾਂ ਤੋਂ ਆ ਰਹੇ ਆ। ਦੇਖਦੇ ਹਾਂ ਸਾਡੇ ਅਗਲੇ ਦਰਸ਼ਕ ਜਿਹੜੇ ਆ ਉਹ ਕੀ ਵਿਊ ਪੁਆਇੰਟ ਰੱਖਣਾ ਚਾਹੁੰਦੇ। ਹੈਲੋ ਸੰਧੂ ਸਾਹਿਬ, ਕਾਲ ਸਤਿ ਸ਼੍ਰੀ ਅਕਾਲ ਜੀ। ਗੁਰਬਚਨ ਮਾਨ ਅਰਜ਼ ਕਰ ਰਿਹਾ ਜੀ ਮਿਸ਼ੀਗਨ ਤੋਂ। ਹਾਂਜੀ ਹਾਂਜੀ ਮਾਨ ਸਾਹਿਬ ਸਵਾਗਤ ਹੈ। ਗੱਲ ਇਹ ਹੈ ਸਿੱਧੂ ਸਾਹਿਬ, ਇਹਦੇ ਵਿੱਚ ਦੋ ਤਿੰਨ ਗੱਲਾਂ ਨੇ ਮੇਰਾ ਖਿਆਲ। ਸਾਡੇ ਮੁਲਕ ਵਿੱਚ ਨਾ ਅਜੇ ਫਿਲਸੋਫਿਕਲੀ ਜਿਹੜੀ ਵਿਚਾਰਧਾਰਾ ਨਾਲ ਜੁੜ ਕੇ ਨਹੀਂ ਗੱਲਾਂ ਬਣਦੀਆਂ ਗੀਆਂ। ਉੱਥੇ ਇਹ ਵੇਖਦੇ ਹੈਗੇ ਨੇ ਕਿ ਉਹਨਾਂ ਦੀ ਖੁਦਗਰਜ਼ੀ ਕਿੱਥੋਂ ਪੂਰੀ ਹੁੰਦੀ ਹੈ, ਅਤੇ ਇਹ ਜ਼ਰੂਰ ਹੈ ਕਿ ਅੱਜ ਦਾ ਜਿਹੜਾ ਸਿਆਸਤ ਜਿਹੜੀ ਹੈਗੀ ਉਹ ਬਹੁਤ ਵੱਡੀ ਕਮਾਈ ਬਣ ਗਈ ਹੈ। ਸੋ ਲੋਕ ਹੁਣ ਤਾਂ ਬਾਕੀ ਸਾਰੀਆਂ ਦਾ ਖਤਮ, ਬਸ ਇਹੀ ਚਾਹੁੰਦੇ ਨੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੈਨੂੰ ਟਿਕਟ ਮਿਲੇ, ਅਤੇ ਜੇ ਟਿਕਟ ਮਿਲਦੀ ਹੈਗੀ ਹੈ ਤਾਂ ਫਿਰ ਮੈਂ ਉਸ 'ਤੇ ਕਾਮਯਾਬ ਹੋ ਜਾਵਾਂ। ਉਹਨਾਂ ਦਾ ਕੋਈ ਇਹੋ ਜਿਹਾ ਸਟੈਂਡ ਵਾਲੀ ਗੱਲ ਨਹੀਂ ਹੈਗੀ। ਇੱਥੇ ਹੁਣ ਅਮੈਰੀਕਾ ਵਿੱਚ ਦੇਖਦੇ ਹੈਗੇ ਹਾਂ ਜਿਹੜੇ ਲੋਕ ਪਹਿਲੇ ਦਿਨ ਤੋਂ ਡੈਮੋਕਰੈਟਸ ਨੇ, ਉਹ ਫਿਲਸੋਫਿਕਲੀ ਡੈਮੋਕਰੈਟਸ ਨੇ। ਉਹਨਾਂ ਨੂੰ ਕੋਈ ਚੀਜ਼ ਦੇ ਦੇਣ ਚਾਹੇ ਉਹ ਰਿਪਬਲਿਕਨ, ਉਹ ਨਹੀਂ ਸ਼ਿਫਟ ਕਰਨਗੇ। ਰਿਪਬਲਿਕਨ ਦੇ ਜਿਹੜੇ ਹੈਗੇ ਆ ਉਹ ਵੀ ਅਗਲੇ ਪਾਸੇ ਨੇ, ਬਹੁਤ ਘੱਟ ਹੁੰਦਾ। ਕਦੀ ਕਦੀ ਕੋਈ ਕੈਂਡੀਡੇਟ ਜਿਹੜਾ ਹੈਗਾ ਥੋੜ੍ਹਾ ਬਹੁਤਾ ਸ਼ਿਫਟ ਹੁੰਦਾ, ਵਰਨਾ ਨਹੀਂ ਹੁੰਦਾ। ਅਤੇ ਮੈਨੂੰ ਇਹ ਲੱਗਦੀ ਹੈਗੀ ਵੀ ਸਾਡੇ ਵਾਲਾ ਜਿਹੜਾ ਸਿਲਸਿਲਾ ਹੈਗਾ ਨਾ, ਇਹਦੇ ਵਿੱਚ ਅਜੇ ਉਹ ਪਰਪੱਕਤਾ ਨਹੀਂ ਆਈ ਜਿਹੜੀ ਆਉਣੀ ਚਾਹੀਦੀ ਸੀ। ਹੁਣ ਇੰਨੇ ਸਾਲ ਹੋ ਗਏ ਸਾਨੂੰ ਇਲੈਕਸ਼ਨ ਲੜਦਿਆਂ ਨੂੰ, ਕਰਦਿਆਂ ਨੂੰ, ਲੇਕਿਨ ਕਿਤੇ ਕਮਿਟਮੈਂਟ ਆਏ, ਕਿਤੇ ਮਤਲਬ ਹੈ ਵੀ ਉਸ ਕਮਿਟਮੈਂਟ ਦੇ ਨਾਲ ਜੁੜ ਕੇ ਉਹਨੂੰ ਆਪਣੇ ਲਈ, ਆਪਣੇ ਹਲਕੇ ਲਈ, ਆਪਣੀ ਪਾਰਟੀ ਲਈ। ਇੱਕ ਵਾਰੀ ਨਹੀਂ ਵੀ ਕੋਈ ਚੀਜ਼ ਮਿਲਦੀ ਪਈ ਤਾਂ ਉਹ ਕੋਈ ਪਾਰਟੀ ਨਹੀਂ ਛੱਡ ਜਾਂਦੇ ਗੇ ਉਹ, ਮਤਲਬ ਉਹਦੇ ਨਾਲ। ਇਹਦਾ ਮਤਲਬ ਵੀ ਉਹ ਕਮਿਟਮੈਂਟ ਹੀ ਜਿਹੜੀ ਹੈਗੀ ਹੈ ਉਹਦੇ ਵਿੱਚ ਲੈ ਕੇ ਲੱਗਦੀ ਹੈ। ਮਿਹਰਬਾਨੀ। ਇਹ ਸਨ ਮਿਸ਼ੀਗਨ ਤੋਂ ਗੁਰਬਚਨ ਮਾਨ, ਇਹ ਰੇਡੀਓ ਹੋਸਟ ਵੀ ਨੇ ਔਰ ਬਹੁਤ ਬਿਹਤਰੀਨ ਰੇਡੀਓ ਹੋਸਟ ਨੇ। ਉਹਨਾਂ ਦਾ ਖਿਆਲ ਆ ਕਿ ਇਹ ਇਸ਼ੂ ਜਿਹੜਾ ਵਾ ਇਹ ਫਿਲੋਸੋਫਿਕਲ ਲੈਵਲ 'ਤੇ ਇਨਫੈਕਟ ਵਿਚਾਰਨ ਦੀ ਲੋੜ ਆ, ਔਰ ਬਹੁਤ ਸਾਰੀਆਂ ਜਿਹੜੀਆਂ ਪਾਰਟੀਆਂ ਵਾ ਉਹ ਆਈਡੀਓਲੋਜੀਕਲੀ ਉਹਨਾਂ ਦਾ ਕੋਈ ਸਟੈਂਡ ਨਹੀਂ ਹੈ, ਨਾ ਪਾਰਟੀਜ਼ ਦਾ ਕੋਈ ਆਈਡੀਓਲੋਜੀ ਕਲੀਅਰ ਆਈਡੀਓਲੋਜੀ ਹੈ ਅਤੇ ਨਾ ਉਹਨਾਂ ਦੇ ਲੀਡਰਾਂ ਦੀ ਕਲੀਅਰ ਆਈਡੀਓਲੋਜੀ ਹੈ, ਔਰ ਇਸੇ ਕਰਕੇ ਆਈਡੀਓਲੋਜੀ ਨਾ ਹੋਣ ਕਰਕੇ ਉਹਨਾਂ ਦੀ ਕੋਈ ਕਮਿਟਮੈਂਟ ਵੀ ਪਾਰਟੀ ਤਰਫ ਪ੍ਰਤੀ ਨਹੀਂ ਹੈ, ਔਰ ਇਸ ਕਰਕੇ ਉਹ ਗੁਰੇਜ਼ ਨਹੀਂ ਕਰਦੇ ਵੀ ਇਸ ਪਾਰਟੀ ਤੋਂ ਦੂਜੀ ਪਾਰਟੀ 'ਚ ਚਲੇ ਜਾਈਏ। ਜੇ ਪਾਰਟੀਆਂ ਦੀ ਆਈਡੀਓਲੋਜੀ ਬਿਲਕੁਲ ਕਲੀਅਰ ਹੋਵੇ, ਜਿਵੇਂ ਅਮੈਰੀਕਾ ਦੇ ਵਿੱਚ ਬੜਾ ਕਲੀਅਰ ਆ ਵੀ ਡੈਮੋਕਰੈਟਸ ਦੀ ਆਹ ਪੋਲਿਸੀਜ਼ ਆ, ਕੰਜ਼ਰਵੇਟਿਵਸ ਦੀਆਂ ਆਹ ਪੋਲਿਸੀਜ਼ ਆ, ਇਸ ਤਰ੍ਹਾਂ ਕੈਨੇਡਾ ਦੇ ਵਿੱਚ ਲਿਬਰਲ ਪਾਰਟੀ ਦੀ ਆਹ ਪੋਲਿਸੀ ਆ ਜਾਂ ਦੂਜੀਆਂ ਪਾਰਟੀਆਂ ਦੀ ਆ, ਉਹਦੇ ਨਾਲ ਫਿਰ ਕੋਈ ਬੰਦਾ ਆਪਣੀ ਜਦੋਂ ਇੱਕ ਪਾਰਟੀ ਤੋਂ ਦੂਜੀ ਪਾਰਟੀ ਸ਼ਿਫਟ ਕਰਦਾ ਵਾ ਅਤੇ ਉਹਦੇ ਵਾਸਤੇ ਇੱਕ ਆਪਣਾ ਇੰਟਰਨਲ ਕ੍ਰਾਈਸਿਸ ਹੋ ਜਾਂਦਾ ਉਹਦੇ ਵਾਸਤੇ ਵੀ ਮੈਂ ਕੀ ਆਪਣੀ ਆਈਡੀਓਲੋਜੀ ਛੱਡਣ ਜਾ ਰਿਹਾ, ਕੀ ਮੈਂ ਦੂਜੀ ਆਈਡੀਓਲੋਜੀ ਫੜਨ ਜਾ ਰਿਹਾ, ਉਹ ਕਿਵੇਂ ਐਕਸਪਲੇਨ ਕਰੂਗਾ ਆਈਡੀਓਲੋਜੀ ਨੂੰ ਬਦਲ ਲਈ। ਸਾਡੇ ਇੱਥੇ ਭਾਵੇਂ ਉਹ ਭਾਜਪਾ ਵਾ, ਭਾਵੇਂ ਕਾਂਗਰਸ ਆ, ਭਾਵੇਂ ਉਹ ਅਕਾਲੀ ਦਲ ਆ ਜਾਂ BSP ਆ, ਮੇਰੇ ਖਿਆਲ ਆਈਡੀਓਲੋਜੀ ਦੀ ਕਮੀ ਆ ਔਰ ਨਾ ਹੀ ਆਈਡੀਓਲੋਜੀ 'ਤੇ ਕਲੈਰਿਟੀ ਹੈ ਇਹਨਾਂ ਪਾਰਟੀਆਂ ਦੀ। ਬਹੁਤ ਬਹੁਤ ਧੰਨਵਾਦ ਮਾਨ ਸਾਹਿਬ, ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਵਿਚਾਰ ਰੱਖਣਾ ਚਾਹੁੰਦੇ। ਹੈਲੋ, ਹਾਂਜੀ ਭਾਈ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਤਾਂ ਕਈ ਦਿਨਾਂ ਤੋਂ ਕਾਲ ਮਿਲਾਉਂਦੀ ਸੀ ਤੇ ਪਰ ਕੁਦਰਤੀ ਅੱਜ ਤੁਹਾਡੇ ਨਾਲ ਗੱਲ ਹੋਣੀ ਸੀ, ਮਿਲ ਗਈ। ਹਾਂਜੀ ਹਾਂਜੀ, ਕੌਣ ਬੋਲ ਰਹੇ ਜੀ? ਮੈਂ ਮੈਰੀਲੈਂਡ ਤੋਂ ਗੁਰਦੀਪ ਭੈਣ ਬੋਲ ਰਹੀ ਹਾਂ। ਮੈਰੀਲੈਂਡ ਤੋਂ ਕੌਣ ਜੀ? ਮੈਂ ਗਿੱਲ ਭੈਣ ਜੀ ਬੋਲ ਰਹੀ ਹਾਂ। ਹਾਂਜੀ ਹਾਂਜੀ ਗਿੱਲ ਭੈਣ ਜੀ, ਸਵਾਗਤ ਹੈ ਜੀ। ਹਾਂਜੀ ਹਾਂਜੀ, ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ, ਅਸੀਂ ਰੋਜ਼ ਹੀ ਪ੍ਰੋਗਰਾਮ, ਬੜਾ ਜਦੋਂ ਤੁਸੀਂ ਪ੍ਰੋਗਰਾਮ ਸ਼ੁਰੂ ਹੋਇਆ ਅਸੀਂ ਬੜੇ ਧਿਆਨ ਨਾਲ ਸੁਣਨੇ ਆ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਅਸੀਂ ਤਾਂ ਤੁਹਾਨੂੰ ਸੱਚੀ ਦੱਸੀਏ, ਖਾਣਾ ਵੀ ਪਹਿਲਾਂ ਖਾ ਲੈਣੇ, ਫਿਰ ਆਰਾਮ ਨਾਲ ਬਹਿ ਕੇ ਗੱਲਬਾਤ ਸੁਣਾਂਗੇ। ਬਹੁਤ ਬਹੁਤ ਮਿਹਰਬਾਨੀ। ਅੱਛਾ ਜੀ, ਤੇ ਬਾਕੀ ਇਹ ਹੈਗਾ ਵੀ ਕਈ ਵਾਰੀ ਇਹ ਕੁਐਸਚਨ ਹੋ ਰਿਹਾ ਹੈ ਵੀ ਸਾਰੇ ਪਾਰਟੀ ਛੱਡ ਛੱਡ ਕੇ ਇੱਧਰ ਕਿਉਂ ਆ ਰਹੇ ਨੇ? ਜੀ ਜੀ, ਇੱਕ ਦੁਨੀਆ ਸ਼ੌਕ ਨਾਲ ਆਉਂਦਾ ਹੈ, ਕੋਈ ਕੋਈ ਕੁਰਸੀਆਂ ਮਾਰਾ ਆਉਂਦਾ ਹੈ ਤੇ ਕੋਈ ਦੁਖੀ ਹੋ ਕੇ ਉਹਨਾਂ ਤੋਂ ਆ ਰਿਹਾ ਜੀ, ਤੇ ਮੇਰੇ ਸਮਝ ਨਾਲ ਤਾਂ ਸਾਰੇ ਉਹਨਾਂ ਤੋਂ ਦੁਖੀ ਹੋ ਕੇ ਆ ਰਹੇ ਨੇ, ਕਿਉਂਕਿ ਤੁਹਾਨੂੰ ਸਾਰਾ ਪਤਾ ਕੀ ਹਾਲਾਤ ਹੋਏ ਪਏ ਪੰਜਾਬ ਦੇ ਜੀ। ਬਾਕੀ ਹੈਗਾ ਜੋ ਵੀ ਆਉਂਦਾ, ਆਉਣ ਦੇ ਉਹ ਸਤਿਕਾਰ ਮੰਨੀਏ, ਸਾਡੀਆਂ ਵੋਟਾਂ ਆ ਰਹੀਆਂ ਨੇ ਪਰ ਸਾਰੇ ਕੁਰਸੀਆਂ ਤੇ ਵੀ ਨਹੀਂ ਬਹਿ ਸਕਣੇ, ਸਾਰੇ ਕੋਈ ਸੀਟਾਂ ਵੀ ਨਹੀਂ ਲੈ ਸਕਦੇ ਜੀ। ਇਹ ਹੈਗਾ ਵੀ ਕਈ ਵਾਰੀ ਯੰਗ ਮੁੰਡੇ ਐਸਾ ਸੋਚਦੇ ਨੇ ਵੀ ਅਸੀਂ ਇਹਨਾਂ ਨੂੰ ਹਰਾਉਣਾ ਹੈ ਤੇ ਅਸੀਂ ਸਾਰੇ ਛੱਡ ਕੇ ਅਸੀਂ ਇੱਕ ਪਾਸੇ ਹੋਏਗੇ ਤੇ ਇਹ ਹਾਰ ਜਾਣਗੇ। ਇਹ ਗੱਲ ਸੋਚ ਕੇ ਮੈਂ ਤਾਂ ਸੋਚਣੀ, ਸਾਰੇ ਆ ਰਹੇ ਨੇ ਤੇ ਜਿਵੇਂ ਵੀ ਆ ਘੁੱਗੀ ਹੋਰੀ ਆ ਗਏ ਜਾਂ ਕਿਵੇਂ ਵੀ, ਜੋ ਵੀ ਸਾਰੇ ਆਪਣੇ ਭੈਣ ਭਰਾ ਨੇ, ਜੋ ਕਿਸੇ ਦੇ ਮਨ 'ਚ ਕੋਈ ਸ਼ੰਕਾ ਜਾਂ ਮਾੜੀ ਗੱਲ ਸੋਚੀ ਜਾਂ ਉਹਨਾਂ ਦੇ ਜੋ ਵੀ ਵੇਖ ਰਹੇ, ਤੁਸੀਂ ਵੀ ਵੇਖ ਰਹੇ, ਅਸੀਂ ਵੀ ਵੇਖ ਰਹੇ ਹਾਂ, ਇਹ ਤਾਂ ਹੀ ਲੋਕ ਮੈਂ ਤਾਂ ਇਹ ਦੁਖੀ ਹੋ ਕੇ ਇੱਧਰ ਆ ਰਹੇ ਨੇ। ਜੋ ਵੀ ਇਹ ਸਭ ਸਤਿਕਾਰ ਜਾਣੋ, ਆਪਣੀਆਂ ਵੋਟਾਂ ਤਾਂ ਹੀ ਮਿਲਣਗੀਆਂ, ਤਾਂ ਹੀ ਆਪਣੀ ਆਮ ਪਾਰਟੀ ਜਿੱਤੇਗੀ ਜੇ ਆਪਣੇ ਪਿੱਛੇ
ਪੰਜਾਬ ਦੇ ਕਾਫੀ ਲੋਕ ਜੁੜ ਜਾਣਗੇ। ਗਿੱਲ ਭੈਣ ਜੀ, ਦੇਖੋ ਆਪਾਂ ਸਿਰਫ ਆਮ ਆਦਮੀ ਪਾਰਟੀ ਦੀ ਨਹੀਂ ਗੱਲ ਕਰ ਰਹੇ, ਮੈਂ ਇਸ ਪਾਰਟੀ ਬਦਲਣ ਦੇ ਦਲ ਬਦਲੀ ਦੇ ਰੁਝਾਨ ਦੀ ਗੱਲ ਕਰ ਰਿਹਾ। ਕਾਫੀ ਲੋਕੀ ਜਿਹੜੇ ਆ ਉਹ ਆਪ ਜਾ ਰਹੇ, ਕਾਫੀ ਲੋਕੀ ਆਪ ਜਾ ਰਹੇ ਆ, ਲੇਕਿਨ ਕਾਫੀ ਲੋਕੀ ਜਿਹੜੇ ਆ ਦੂਜੀਆਂ ਪਾਰਟੀਆਂ 'ਚ ਵੀ, ਜਿਵੇਂ ਕਾਂਗਰਸ ਵੀ ਜਾ ਰਹੇ ਆ। ਸੋ ਮੈਂ ਇੱਕ ਰੁਝਾਨ ਦੀ ਗੱਲ ਕਰ ਰਿਹਾ। ਅਸੀਂ ਅੱਜ ਦੇ ਕੁਐਸਚਨ ਦੀ ਮੈਂ ਗੱਲ ਨਹੀਂ ਵੀਰ ਜੀ ਕੀਤੀ ਜੀ ਜੀ, ਮੈਂ ਕਈ ਦਿਨ ਸੋਚਦੀ ਸਾਂ ਵੀ ਮੈਂ ਪਹਿਲਾਂ ਆਪਣੀ ਗੱਲ ਕਰ ਰਹੀ ਹਾਂ ਔਰ ਅੱਜ ਦੇ ਟੌਪਿਕ ਦੀ ਗੱਲ ਨਹੀਂ ਕਰ ਰਹੀ ਮੈਂ ਜੀ ਜੀ। ਮੈਂ ਇਹ ਕਹਿ ਰਹੀ ਹਾਂ ਵੀ ਚਲੋ ਕਈ ਤਾਂ ਹੁਣ ਅਕਾਲੀਆਂ ਛੱਡ ਕੇ ਕਾਂਗਰਸ ਵੀ ਵੜ ਗਏ ਨੇ ਜੀ ਜੀ, ਆਪਾਂ ਵੇਖ ਰਹੇ ਹਾਂ, ਰੋਜ਼ ਸੁਣ ਰਹੇ ਹਾਂ ਕਈ ਜਿਹੜੇ ਕਾਫੀ ਲੋਕ ਜਿਹੜੇ ਨੂੰ ਆਮ ਪਾਰਟੀ 'ਚ ਆ ਰਹੇ ਨੇ ਜੀ ਜੀ, ਤੇ ਅਸੀਂ ਤਾਂ ਇਹ ਕਹਿੰਦੇ ਜੋ ਵੀ ਆਉਂਦੇ ਨੇ ਉਹਨਾਂ ਨੂੰ ਆਉਣ ਦਿਓ ਜੀ, ਆਪਣੀਆਂ ਵੋਟਾਂ ਵਧਣਗੀਆਂ, ਜੋ ਦੁਖੀ ਹੋ ਕੇ ਇੰਨੀ ਪਬਲਿਕ ਵੇਖੋ ਰੋਜ਼ ਕੀ ਹੋ ਰਿਹਾ ਆਪਾਂ ਕਿੰਨੇ ਕੁ ਗਿਣ ਸਕਦੇ ਹਾਂ ਹਨਾ। ਬਾਕੀ ਗੱਲ ਇਹ ਹੈਗੀ ਹੈ ਵੀ ਜਿਵੇਂ ਵੀ ਕੋਈ ਆਉਂਦਾ ਹੈ, ਅਜੇ ਅਗਲੇ 10 ਮਹੀਨੇ ਪਏ ਨੇ ਜੀ, ਵੋਟਾਂ ਪੈਣ ਨੂੰ 8-9 ਮਹੀਨੇ ਪਏ ਹੀ ਨੇ ਨਾ ਜੀ ਜੀ। ਵਾਹਿਗੁਰੂ ਦੀ ਕਿਰਪਾ, ਜਿਹੜਾ ਬੰਦਾ ਇੰਨੀ ਕਰੋਪੀ ਪੰਜਾਬ 'ਚ ਕਰ ਰਿਹਾ ਹੈ ਤਾਂ ਇੰਨਾ ਕੁਛ ਮਾੜਾ ਕੀਤਾ ਹੈ, ਸਭ ਦੁਨੀਆਂ ਵੇਖ ਰਹੀ, ਸਭ ਜਨਾਨੀਆਂ ਤੱਕ ਉਟਾ ਰਿਹਾ, ਮਰਵਾ ਰਿਹਾ, ਜੋ ਸਾਡਾ ਇੱਥੋਂ ਕੋਈ ਬੰਦਾ ਜਾਂਦਾ ਉਹਨੂੰ ਅੰਦਰ ਕਰਾ ਦਿੰਦਾ, ਕੋਈ ਗੱਲ ਨਹੀਂ ਚੰਗੀ। ਇਸ ਕਰਕੇ ਮੇਰੇ ਸੋਚਣੀ ਤੇ ਇਸ ਕਰਕੇ ਸਾਰੇ ਲੋਕ ਉਧਰੋਂ ਆ ਕੇ ਇੱਕ ਪਾਸੇ ਹੋ ਰਹੇ ਨੇ ਵੀ ਅਸੀਂ ਇਹਨਾਂ ਨੂੰ ਕਿਸੇ ਪਾਸੇ ਲਾਈਏ ਤੇ ਸਾਡੇ ਪੰਜਾਬ ਦੀ ਅੱਗੋਂ ਕੁਛ ਨਾ ਕੁਛ ਸਹੂਲਤਾਂ ਹੋ ਜਾਣ, ਜਾਂ ਡੁੱਬਿਆ ਤੇ ਉਹ ਤਰ ਜਾਵੇ। ਸੋਨੇ ਦੀ ਚਿੜੀ ਜਦੋਂ ਹਰਿਆਣਾ ਪੰਜਾਬ ਬਣਿਆ ਸੀ ਨਾ, ਮੈਨੂੰ ਯਾਦ ਆਉਂਦੀ ਉਹਦਾ, ਕਹਿੰਦੇ ਸੀ ਸੋਨੇ ਦੀ ਚਿੜੀ ਤਾਂ ਪੰਜਾਬ ਲੈ ਗਿਆ, ਹਰਿਆਣੇ ਨੂੰ ਕੀ ਮਿਲਿਆ, ਤੇ ਅੱਜ ਤੁਸੀਂ ਵੇਖੋ ਪੰਜਾਬ ਦਾ ਕੀ ਹਾਲ ਹੋਇਆ ਪਿਆ। ਬਿਲਕੁਲ ਠੀਕ ਹੈ। ਤੁਸੀਂ ਗਿੱਲ ਭੈਣ ਜੀ ਕਿੱਥੋਂ ਦੇ ਪਿੱਛੋਂ, ਪੰਜਾਬ ਤੋਂ? ਅਸੀਂ ਪੰਜਾਬ, ਸਾਡੇ ਬਹੁਤ ਰਿਸ਼ਤੇਦਾਰ ਨੇ ਵੈਸੇ, ਅਸੀਂ ਹਰਿਆਣੇ ਦੇ। ਹਰਿਆਣੇ ਕਿਹੜੀ ਜਗ੍ਹਾ ਜੀ? ਅਸੀਂ, ਸਾਡਾ ਜ਼ਿਲ੍ਹਾ ਫਤਿਹਾਬਾਦ ਹਿਸਾਰ, ਹਰਿਆਣਾ। ਹਿਸਾਰ, ਠੀਕ ਹੈ, ਬਹੁਤ ਬਹੁਤ ਮਿਹਰਬਾਨੀ। ਇਹਦੇ 'ਚ ਕੋਈ ਡਰ ਹੁੰਦਾ ਵਾ ਜਦੋਂ ਪਾਰਟੀ ਲੋਕ ਬਦਲਦੇ ਆ ਕਿ ਉਹ ਵਾਪਸ ਵੀ ਆਪਣੀ ਦੂਜੀ ਪਾਰਟੀ 'ਚ ਜਾ ਸਕਦੇ ਆ ਜੇ ਕਿਤੇ ਲੱਗੇ ਕਿ ਉੱਥੇ ਜ਼ਿਆਦਾ ਬੈਟਰ ਚਾਂਸਿਸ ਆ? ਸੋ ਇਹ ਇੱਕ ਰਿਸਕ ਆ। ਸੋ ਇਸ ਕਰਕੇ ਮੇਰੇ ਖਿਆਲ ਇੱਕ ਆਈਡੀਓਲੋਜੀਕਲ ਕਮਿਟਮੈਂਟ ਜਿਹੜੀ ਆ ਉਹ ਬਹੁਤ ਜ਼ਰੂਰੀ ਆ। ਗਿੱਲ ਭੈਣ ਜੀ, ਤੁਸੀਂ ਕਾਲ ਕੀਤੀ, ਬਹੁਤ ਚੰਗਾ ਲੱਗਾ, ਬਹੁਤ ਬਹੁਤ ਮਿਹਰਬਾਨੀ। ਖਾਣਾ ਜ਼ਰੂਰ ਸ਼ੋਅ ਤੋਂ ਪਹਿਲਾਂ ਖਾ ਲਿਆ ਕਰੋ, ਪਰ ਪੁਡਿੰਗ ਡਿਜ਼ਰਟ ਜਿਹੜੀ ਆ ਉਹ ਮੇਰੇ ਲਈ ਵੀ ਰੱਖ ਲਿਆ ਕਰੋ। ਬਹੁਤ ਧੰਨਵਾਦ। ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ ਆ। ਹੈਲੋ, ਹੈਲੋ, ਹਾਂਜੀ ਹਾਂਜੀ ਭਾਈ ਸਾਹਿਬ, ਸਤਿ ਸ਼੍ਰੀ ਅਕਾਲ। ਉਪਲ ਬੋਲ ਰਿਹਾ ਜੀ, ਨਿਊਯਾਰਕ ਤੋਂ। ਹਾਂਜੀ ਹਾਂਜੀ ਉਪਲ ਜੀ, ਸਤਿ ਸ਼੍ਰੀ ਅਕਾਲ। ਆਪਣਾ ਤੁਸੀਂ ਬੜਾ ਵਧੀਆ ਮੁੱਦਾ ਲੈ ਕੇ ਆਏ ਜੇ। ਇਹਦੇ ਵਿੱਚ ਮੈਂ ਜੀ ਦੋ ਗੱਲਾਂ ਕਹਿਣਾ ਚਾਹੁੰਦਾ। ਇੱਕ ਤਾਂ ਜਿਹੜੀ ਗੱਲ ਹੈ, ਇੱਕ ਇਨਸਾਨ ਜਦੋਂ ਕਾਲਜ ਲੈਵਲ 'ਚ ਪੜ੍ਹਦਾ ਹੈ, ਉਸ ਟਾਈਮ ਉਹਦੀ ਇੱਕ ਥਿੰਕਿੰਗ, ਇੱਕ ਥੋਟ ਪ੍ਰੋਸੈਸ, ਇੱਕ ਆਈਡੀਆਲੋਜੀ ਬਣਦੀ ਹੈ, ਵੈਦਰ ਹੀ ਵਾਂਟਸ ਵੀ ਹਿਲ ਬੀ ਜੁਆਇਨਿੰਗ ਕਾਂਗਰਸ ਪਾਰਟੀ ਔਰ ਰੀਜਨਲ ਪਾਰਟੀ ਜਾਂ ਅਕਾਲੀ ਦਲ, ਜਿੱਦਾਂ ਪੰਜਾਬ ਦਾ ਐਗਜ਼ਾਮਪਲ ਲੈ ਲਓ ਜੀ। ਜਿਹੜਾ ਇਨਸਾਨ ਆਪਣੇ ਆਪ ਨੂੰ ਪੂਰਲੀ ਸਿੱਖ ਧਰਮ ਪਹਿਲਾਂ ਆ, ਤੇ ਜਿਹੜਾ ਹਿੰਦੁਸਤਾਨ ਦਾ ਸੰਵਿਧਾਨ ਬਾਅਦ ਚੋਂ ਆ, ਉਹ ਤਾਂ ਇੱਕ ਰਿਲੀਜੀਅਸ ਪਾਰਟੀ ਜੁਆਇਨ ਕਰ ਲੈਂਦਾ ਪੰਜਾਬ 'ਚ। ਜਿਹਨੂੰ ਹਿੰਦੁਸਤਾਨ ਦਾ ਸੰਵਿਧਾਨ ਪਹਿਲਾਂ ਤੇ ਬਾਕੀ ਸਾਰਾ ਕੁਝ ਬਾਅਦ ਚੋਂ ਆ, ਉਹ ਨੋਰਮਲੀ ਤੁਸੀਂ ਦੇਖਦੇ ਆ ਵੀ ਉਹ ਕਾਂਗਰਸ ਪਾਰਟੀ ਜਾਂ ਦੂਸਰੀ ਪਾਰਟੀ ਜੁਆਇਨ ਕਰਦਾ ਹਿਸਟੋਰੀਕਲੀ ਜੀ ਜੀ। ਔਰ ਮੇਰੇ ਖਿਆਲ ਦੇ ਵਿੱਚ 80% ਜਿਹੜੇ ਲੋਕ ਆ ਜੀ, ਇਹ ਪੋਲੀਟੀਸ਼ੀਅਨ ਇਹ ਆਪਣਾ ਸਿਰਫ ਓਪਰਚੁਨਿਸਟ ਹੈਗੇ ਆ, ਦੇ ਓਨਲੀ ਚੇਂਜ ਪਾਰਟੀਜ਼ ਵੀ ਉਹ ਬਿਕੋਜ਼ ਇਟ ਸੂਟਸ ਦੈਮ ਜੀ। ਬਟ ਮੈਂ ਤੁਹਾਨੂੰ ਇੱਕ ਆਮ ਆਦਮੀ ਪਾਰਟੀ ਦੇ ਇੱਕ ਲੀਡਰ, ਜਿਹੜਾ ਬੜੇ ਬੜਾ ਧੜਲੇਦਾਰ ਲੀਡਰ ਆ, ਉਹਨਾਂ ਦੇ ਫਾਦਰ ਵੀ ਬੜੇ ਧੜਲੇਦਾਰ ਲੀਡਰ ਸੀਗੇ ਅਕਾਲੀ ਦਲ ਦੇ, ਆਪਣਾ ਸੁਖਪਾਲ ਖਹਿਰਾ ਜੀ, ਇਹ ਜੀ ਕਾਂਗਰਸ ਪਾਰਟੀ ਸੀਗੇ, ਪਰ ਹੀ ਵਾਸ ਵੈਰੀ ਆਊਟ ਸਪੋਕਨ ਔਰ ਹੀ ਸਟੂਡ ਫੋਰ ਦ ਰਾਈਟ ਕੋਜ਼, ਔਰ ਆਪਣੀ ਪਾਰਟੀ ਦੇ ਵਿੱਚ ਵੀ ਉਹ ਆਪਣੇ ਜਿਹੜੇ ਸੀਨੀਅਰ ਸੀਗੇ ਉਹਨਾਂ ਨੂੰ ਜੇ ਕੋਈ ਉਹ ਗਲਤ ਕੰਮ ਕਰਦੇ ਸੀ ਉਹ ਰੋਕਣ ਤੋਂ ਕਦੀ ਝਿਜਕਦੇ ਨਹੀਂ ਸੀਗੇ ਜੀ ਜੀ। ਦੈਟ ਵਾਸ ਅ ਰੀਜ਼ਨ ਪਾਰਟੀ ਵਾਸ ਨੋਟ ਹੈਪੀ ਵਿਦ ਹਿਮ ਜੀ ਜੀ। ਔਰ ਮੈਨੂੰ ਲੱਗਦਾ ਹੁਣ ਉਹਨਾਂ ਨੇ ਕਿੱਦਾਂ ਦਾ ਪਲੈਟਫਾਰਮ ਮਿਲ ਗਿਆ ਵੇਅਰ ਹੀ ਕੈਨ ਸਪੀਕ ਹਿਸ ਮਾਇੰਡ ਜੀ ਜੀ। ਸੋ ਕਈ ਵਾਰ ਜਿਹੜੇ ਲੀਡਰ ਆ ਉਹ ਕਿਸੇ ਇੱਦਾਂ ਦੀ ਪਾਰਟੀ ਦੇ ਵਿੱਚ ਜੁਆਇਨ ਕਰ ਲੈਂਦੇ ਆ ਵੀ ਜਿੱਥੇ ਉਹਨਾਂ ਨੂੰ ਲੱਗਦਾ ਵੀ ਉਹਨਾਂ ਦੀ ਆਈਡੀਓਲੋਜੀ, ਉਹਨਾਂ ਦਾ ਥੋਟ ਪ੍ਰੋਸੈਸ, ਉਹਨਾਂ ਦੀ ਮਤਲਬ ਉਹਨਾਂ ਦਾ ਕੌਜ਼ ਫੋਰ ਵਿਚ ਦੇ ਵਾਂਟ ਟੂ ਫਾਈਟ, ਉਹ ਨਹੀਂ, ਉਹ ਪਲੈਟਫਾਰਮ ਨਹੀਂ ਮਿਲ ਰਿਹਾ ਉਹਨੂੰ, ਐਂਡ ਦੈਟਸ ਵਾਈ ਦੇ ਗੋ ਟੂ ਅਨਦਰ ਪਾਰਟੀ ਜੀ। ਬਿਲਕੁਲ ਠੀਕ ਹੈ ਉਪਲ ਜੀ, ਬਹੁਤ ਬਹੁਤ ਮਿਹਰਬਾਨੀ। ਇਸ਼ੂ ਜਿਹੜਾ ਵਾ ਉਹ ਫਾਈਨਲੀ ਇਹ ਆ ਜਾਂਦਾ ਵਾ ਵੀ ਸਾਡੇ ਪਾਰਟੀਆਂ ਦੀ ਜਿਹੜੀ ਮੈਂਬਰਸ਼ਿਪ ਡਰਾਈਵ ਆ ਉਹ ਨਾਕਾਮਯਾਬ ਆ। ਬਾਹਰਲੇ ਮੁਲਕਾਂ ਦੇ ਵਿੱਚ ਹਰ ਇਨਸਾਨ ਜਿਹੜਾ ਕਿਸੇ ਨਾ ਕਿਸੇ ਪਾਰਟੀ ਦਾ ਮੈਂਬਰ ਹੁੰਦਾ ਔਰ ਉਸ ਪਾਰਟੀ ਨਾਲ ਕਮਿਟਡ ਹੁੰਦਾ, ਥੋੜ੍ਹਾ ਬਹੁਤ ਚੰਦਾ ਵੀ ਦਿੰਦਾ ਹੋਊਗਾ, ਪਰ ਬੇਸਿਕਲੀ ਹਰ ਬੰਦੇ ਦੀ, ਇਨਸਾਨ ਦੀ, ਸ਼ਖਸ ਦੀ ਕਮਿਟਮੈਂਟ ਆ। ਸੋ ਗ੍ਰਾਸਰੂਟਸ ਲੈਵਲ 'ਤੇ ਲੋਕ ਪਾਰਟੀਆਂ ਦੇ ਨਾਲ ਜੁੜੇ ਆ। ਸਾਡੇ ਇੱਥੇ ਇਹ ਮੈਂਬਰਸ਼ਿਪ ਜਿਹੜੀ ਆ ਉਹ ਡਰਾਈਵ ਹਰ ਪਾਰਟੀ ਕਰਦੀ ਤਾਂ ਹੈ, ਪਰ ਮੇਰੇ ਖਿਆਲ ਉਹਦੇ 'ਚ ਕੋਈ ਨਾ ਕਮਿਟਮੈਂਟ ਹੀ ਆ, ਨਾ ਉਹਦੇ 'ਚ ਸਿੰਸੈਰਿਟੀ ਆ, ਨਾ ਉਹਦੇ 'ਚ ਕੋਈ ਜੈਨੂਇਨੈਸ ਹੀ ਹੈ। ਸੋ ਇਹ ਕਾਰਨਾਂ ਕਰਕੇ ਲੋਕ ਜਿਹੜੇ ਆ ਉਹਨਾਂ ਵਾਸਤੇ ਬਹੁਤ ਸੌਖਾ ਹੋ ਜਾਂਦਾ, ਸੁਖਾਲਾ ਹੋ ਜਾਂਦਾ ਦੂਜੀ ਪਾਰਟੀ ਜਾਣਾ। ਇੱਕ ਹੋਰ ਕਾਲ ਲੈਣਾ ਚਾਹੁੰਦੇ ਅਸੀਂ, ਦੇਖਦੇ ਹਾਂ ਸਾਡੇ ਅਗਲੇ ਕਾਲਰ ਜਿਹੜੇ ਆ ਉਹ ਇਹਦੇ 'ਤੇ ਕੀ ਨਜ਼ਰੀਆ ਰੱਖਦੇ। ਹੈਲੋ, ਹੈਲੋ,
ਸ੍ਰੀ ਅਕਾਲ ਸੰਧੂ ਸਾਹਿਬ। ਸਤਿ ਸ੍ਰੀ ਅਕਾਲ ਭਾਈ ਸਾਹਿਬ। ਸੰਧੂ ਸਾਹਿਬ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਅਰਜ਼ ਕਰਨਾ ਚਾਹੁੰਦਾ, ਬੇਨਤੀ, ਆਪਣੀ ਇੰਟਰੋਡਕਸ਼ਨ ਪਲੀਜ਼ ਪਹਿਲੋਂ, ਆਪਣੀ ਇੰਟਰੋਡਕਸ਼ਨ ਸਭ ਤੋਂ ਪਹਿਲਾਂ। ਮੈਂ ਗਰੀਬ ਦਾਸ ਫਿਲਾਡੈਲਫੀਆ ਤੋਂ ਹਾਂ। ਹਾਂਜੀ ਹਾਂਜੀ ਭਾਈ ਸਾਹਿਬ, ਹਾਂਜੀ। ਅਤੇ ਸੰਧੂ ਸਾਹਿਬ, ਇਹ ਜਿਹੜੀਆਂ ਪਾਰਟੀਆਂ ਇੰਡੀਆ ਦੇ ਵਿੱਚ ਸਪੈਸ਼ਲੀ, ਇਟਸ ਨੋਟ ਡੈਮੋਕ੍ਰੈਟਿਕ ਸੈਟਅਪ, ਰਾਈਟ। ਇਹ ਗੈਂਗਸ ਹੈਗੀਆਂ ਆ, ਤੇ ਗੈਂਗਾਂ ਦੇ ਵਿੱਚ ਇਹਨਾਂ ਨੇ ਗੈਂਗਸਟਰ ਭਰਤੀ ਕੀਤੇ ਹੋਏ ਆ। ਮੈਂ ਨਿੱਕਾ ਜਿਹਾ ਹੁੰਦਾ ਸੀ, ਹਾਂਜੀ, ਉਦੋਂ ਤੋਂ ਲੈ ਕੇ ਚੰਦੂ ਮਾਜਰਾ, ਰਾਮੂ ਵਾਲੀਆ, ਫਲਾਨਾ ਫਲਾਨਾ ਸੁਣਦੇ ਆ ਰਹੇ ਹਾਂ, ਉਹੋ ਹੀ ਲੀਡਰ ਜੰਮੇ ਆ। ਬਾਅਦ ਵਿੱਚ ਪਬਲਿਕ ਦੇ ਵਿੱਚ ਕੋਈ ਲੀਡਰ ਇੰਨਾ ਕਾਮਯਾਬ ਨਹੀਂ ਆਉਂਦਾ। ਇਹ ਗੈਂਗਾਂ ਹੈਗੀਆਂ, ਦੋ ਹੀ ਪਾਰਟੀਆਂ ਪੰਜਾਬ ਦੇ ਵਿੱਚ ਆ, ਅਕਾਲੀ ਔਰ ਕਾਂਗਰਸ, ਲੋਕਾਂ ਨੂੰ ਬੁੱਧੂ ਬਣਾ ਰਹੀਆਂ ਹੈਗੀਆਂ। ਆਪਸ ਵਿੱਚ ਹੀ ਅੰਦਰੂਨੀ ਉਹ ਇੱਕ ਹੈਗੇ ਆ, ਲੋਕਾਂ ਨੂੰ ਬਫੂਲ ਕਰਕੇ ਆਪਣੇ ਹੱਥੇ ਉਹ ਆਪਣੀ ਕਮਾਨ ਲੈਣੀ ਚਾਹੁੰਦੀਆਂ ਹੈਗੀਆਂ। ਇਹ ਡੈਮੋਕ੍ਰੈਟ ਸੈਟਅਪ ਨਹੀਂ, ਡੈਮੋਕ੍ਰੇਸੀ ਦੀ ਭਾਸ਼ਾ ਇਬਰਾਹਿਮ ਦੀ ਤੁਸੀਂ ਜਾਣਦੇ ਹੀ ਆ ਕਿ ਉਮੀਦਵਾਰ ਜਿਹੜਾ ਲੋਕਾਂ ਦੇ ਰਾਹੀਂ ਖੜਾ ਕੀਤਾ ਜਾਣਾ, ਚੁਣਿਆ ਜਾਣਾ ਚਾਹੀਦਾ ਹੈਗਾ, ਉਹ ਲੋਕਾਂ ਵਿੱਚੋਂ ਹੋਣਾ ਚਾਹੀਦਾ, ਪਾਰਟੀਆਂ ਦੇ ਇਹ ਗੈਂਗਾਂ ਦੇ ਵਿੱਚੋਂ ਨਹੀਂ। ਇਹ ਜਿਹੜੀ ਆਮ ਆਦਮੀ ਪਾਰਟੀ ਆ, ਇਹ ਰੀਅਲ ਫਾਰਮ ਆਫ ਡੈਮੋਕ੍ਰੇਸੀ ਹੈਗੀ ਆ। ਡਿਫੈਕਸ਼ਨ ਜਿਹੜੀਆਂ ਹੋ ਰਹੀਆਂ ਹੈਗੀਆਂ, ਇਹ ਜਾਗਰੂਕਤਾ ਦਾ, ਅਵੇਕਨਿੰਗ ਦਾ ਇੱਕ ਸਿੰਬਲ ਹੈਗਾ। ਲੋਕੀ ਜਾਗ ਗਏ ਹੈਗੇ ਆ, ਜਾਣ ਗਏ ਹੈਗੇ ਆ, ਸੁੱਤੇ ਸੀ, ਜਾਗ ਪਏ ਆ। ਇਹ ਜਾਗਰੂਕਤਾ ਦੀ ਇੱਕ ਨਿਸ਼ਾਨੀ ਹੈਗੀ ਆ। ਹੋਰ ਡਿਫੈਕਸ਼ਨ ਹੋਣੀਆਂ ਚਾਹੀਦੀਆਂ ਹੈਗੀਆਂ, ਜਿਹਨਾਂ ਦੇ ਨਾਲ ਲੋਕ ਰਾਜ ਜਿਹੜਾ ਲੋਕਾਂ ਦੇ ਵਿੱਚੋਂ ਆਪਣੇ ਨੁਮਾਇੰਦੇ ਜਿਹੜੇ ਖੜੇ ਕੀਤੇ ਜਾਣ, ਚੁਣੇ ਜਾਣ, ਅਤੇ ਆਪਣੀ ਜਿਹੜੀ ਹੈਗੀ ਆ ਡਾਇਰੈਕਸ਼ਨ ਜਿਹੜੀ ਸਿੱਧੀ ਠੀਕ ਲੈ ਸਕਣ। ਸਭ ਤੋਂ ਜ਼ਿਆਦਾ ਕਾਮਯਾਬ ਲੀਡਰ ਉਹ ਹੁੰਦਾ ਜਿਹੜਾ ਜਨਤਾ ਨੂੰ ਸਹੀ ਸੇਧ ਦੇ ਸਕੇ। ਸਭ ਤੋਂ ਜ਼ਿਆਦਾ ਫਾਇਦਾ ਉਹ ਹੁੰਦਾ ਜਿਹੜਾ ਕਿ ਪਬਲਿਕ ਨੂੰ ਬੈਨੀਫਿਟ ਕਰ ਸਕੇ। ਅਚੀਵਮੈਂਟ ਸਭ ਤੋਂ ਵੱਡੀ ਉਹ ਹੁੰਦੀ ਜਿਹੜੀ ਪਬਲਿਕ ਨੂੰ ਬੈਨੀਫਿਟ ਕਰ ਸਕੇ। ਸੋ ਸਾਨੂੰ ਉਹ ਲੀਡਰ ਦੀ ਲੋੜ ਹੈ ਜਿਹੜਾ ਕਿ ਪੰਜਾਬ ਨੂੰ ਹੁਣ ਸਹੀ ਡਾਇਰੈਕਸ਼ਨ ਦੇ ਸਕੇ, ਭਾਵੇਂ ਉਹ ਹਰਿਆਣੇ ਦਾ ਹੋਵੇ, ਭਾਵੇਂ ਯੂਪੀ ਦਾ ਹੋਵੇ। ਸੈਕਿੰਡ ਵਰਲਡ ਵਾਰ ਦੇ ਵਿੱਚ ਜਦੋਂ ਇੰਗਲੈਂਡ 'ਤੇ ਤਬਾਹੀ ਹੋਈ ਸੀ, ਤਾਂ ਇੰਗਲੈਂਡ ਨੇ ਦੁਹਾਈ ਮਚਾ ਦਿੱਤੀ ਸੀ ਕਿ ਹੈ ਕੋਈ ਐਸਾ ਇਨਸਾਨ ਇਸ ਸਮੇਂ ਨੂੰ ਸੰਭਲ ਸਕੇ। ਅਤੇ ਚਾਚਰ ਸਾਹਿਬ ਅੱਗੇ ਆਏ ਸੀ ਨਾ, ਆਪ ਜੀ ਨੂੰ ਤਾਂ ਜ਼ਿਆਦਾ ਪਤਾ, ਅਤੇ ਚਾਚਰ ਸਾਹਿਬ ਅੱਗੇ ਆਏ, ਉਹਨਾਂ ਨੇ ਡਾਇਰੈਕਸ਼ਨ ਦਿੱਤੀ, ਸੰਭਾਲੀ ਕਮਾਂਡ ਇੰਗਲੈਂਡ ਦੀ। ਕਹਿਣ ਦਾ ਮਤਲਬ, ਸਾਨੂੰ ਆਪਤਕਾਲ ਸਮੇਂ, ਐਸੀ ਐਮਰਜੈਂਟ ਕਾਲ ਦੇ ਟਾਈਮ ਦੇ ਵਿੱਚ ਸਾਨੂੰ ਕੋਈ ਸਹੀ ਲੀਡਰ ਦੀ ਲੋੜ ਹੈਗੀ ਆ, ਜਿਹੜਾ ਕਿ ਕੇਜਰੀਵਾਲ ਹੀ ਸਹੀ ਲੀਡਰ ਆ। ਅਮੈਰੀਕਾ ਦਾ ਟਾਈਮ ਜਰਨਲ ਸਹੀ ਚੀਜ਼ ਲਿਖਦਾ ਹੈਗਾ, ਆਉਂਦਾ ਕਿ ਦ ਵਾਈਜ਼ੈਸਟ ਇੰਡੀਅਨ ਇਜ਼ ਕੇਜਰੀਵਾਲ। ਕੇਜਰੀਵਾਲ ਨੇ ਉਹਨੇ ਵਾਈਜ਼ੈਸਟ ਇੰਡੀਅਨ ਕਰਾਰ ਦਿੱਤਾ ਹੈਗਾ। ਗਰੀਬਦਾਸ ਜੀ, ਮਿਹਰਬਾਨੀ, ਗੱਲ ਤੁਹਾਡੀ ਥੋੜ੍ਹੀ ਲੰਬੀ ਹੋ ਰਹੀ ਹੈ, ਇਸ ਕਰਕੇ ਮੈਂ ਵਿੱਚ ਕੱਟ ਰਿਹਾ ਵਾਂ। ਸੋ ਗਰੀਬਦਾਸ ਜਿਹੜੇ ਆ ਉਹ ਫੀਲ ਕਰਦੇ ਆ, ਇਨਫੈਕਟ ਉਹਨਾਂ ਦਾ ਇੱਕ ਡਿਫਰੈਂਟ ਨਜ਼ਰੀਆ ਵਾ, ਦ੍ਰਿਸ਼ਟੀਕੋਣ ਆ ਇਹ ਸਾਰੀ ਡਿਫੈਕਸ਼ਨ ਦੇ ਉੱਤੇ। ਉਹਨਾਂ ਨੂੰ ਲੱਗਦਾ ਵੀ ਜਿਹੜੇ ਸਹੀ ਬੰਦੇ ਆ ਉਹ ਹੁਣ ਆਮ ਆਦਮੀ ਪਾਰਟੀ, ਦੂਜੀਆਂ ਪਾਰਟੀਆਂ ਤੋਂ ਆ ਰਹੇ ਆ, ਉਹਨਾਂ ਕੋਲ ਪਹਿਲਾਂ ਆਪਸ਼ਨ ਹੀ ਨਹੀਂ ਸੀ ਕੋਈ, ਹੁਣ ਉਹਨਾਂ ਕੋਲ ਆਪਸ਼ਨ ਹੈ। ਸੋ ਇਸ ਕਰਕੇ ਇਹਨੂੰ ਆਪਾਂ ਇਹਦੇ 'ਚ ਆਪਾਂ ਇੱਕ ਪੋਜ਼ਿਟਿਵ ਚੀਜ਼, ਟ੍ਰੈਂਡ ਆਪਾਂ ਨੂੰ ਇਹਦੇ 'ਚ ਵੇਖਣਾ ਚਾਹੀਦਾ। ਡੈਮੋਕ੍ਰੇਸੀ ਜਿਹੜੀ ਹੁੰਦੀ ਹੈ ਆਫ ਦੀ ਪੀਪਲ, ਫੋਰ ਦੀ ਪੀਪਲ, ਬਾਈ ਦੀ ਪੀਪਲ। ਸੋ ਹੁਣ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਇਸ ਤਰ੍ਹਾਂ ਦੀ ਡੈਮੋਕ੍ਰੇਸੀ ਲਿਆਉਣ ਦੀ ਕੋਸ਼ਿਸ਼ ਕਰ ਰਹੀ ਆ, ਔਰ ਇਹ ਇੱਕ ਬਹੁਤ ਪੋਜ਼ਿਟਿਵ ਹੈਲਦੀ ਟ੍ਰੈਂਡ ਹੈ। ਅਸੀਂ ਵਿਚਾਰ ਰਹੇ ਹਾਂ ਜਿਹੜੀ ਪਾਰਟੀ ਦੀ ਜਿਹੜੀ ਦਲ ਬਦਲੀ ਦਾ ਜਿਹੜਾ ਰੁਝਾਨ ਆ, ਹੁਣ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਅਸੀਂ ਇਹ ਦਲ ਬਦਲੀ ਦਾ ਜਿਹੜਾ ਰੁਝਾਨ ਆ, ਪਾਰਟੀ ਬਦਲਣ ਦਾ ਜਿਹੜਾ ਰੁਝਾਨ ਆ, ਇਹਦੇ 'ਤੇ ਵਿਚਾਰ ਚਰਚਾ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ, ਤੁਹਾਡੇ ਵਿਚਾਰ ਵੀ ਜਿਹੜੇ ਆ ਸਾਂਝੇ ਕਰਾਂਗੇ, ਪਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਵੈਲਕਮ ਬੈਕ, ਤੁਸੀਂ ਸੁਣ ਰਹੇ ਸ਼ੋਅ ਹੈਲੋ ਗਲੋਬਲ ਪੰਜਾਬ, ਅਤੇ ਅਸੀਂ ਗੱਲ ਕਰ ਰਹੇ ਹਾਂ ਸਿਆਸੀ ਲੀਡਰਾਂ ਵੱਲੋਂ ਆਪਣੀਆਂ ਪਾਰਟੀਆਂ ਬਦਲਣ ਦੇ ਰੁਝਾਨ ਬਾਰੇ। ਵੈਸੇ ਤਾਂ ਸਾਰੀਆਂ ਹੀ ਸਿਆਸੀ ਪਾਰਟੀਆਂ ਇਹ ਦਾਅਵਾ ਕਰਦੀਆਂ ਨੇ ਕਿ ਉਹਨਾਂ ਦੀ ਇੱਕ ਸਾਫ਼ ਵਿਚਾਰਧਾਰਾ, ਯਾਨੀ ਆਈਡੀਓਲੋਜੀ ਆ। ਅਕਾਲੀ ਦਲ ਆਪਣੇ ਆਪ ਨੂੰ, ਤੁਹਾਨੂੰ ਪਤਾ ਹੀ ਆ ਕਿ ਆਪਣੇ ਆਪ ਨੂੰ ਇੱਕ ਪੰਥਕ ਪਾਰਟੀ ਦੱਸਦੀ ਆ, ਸਿੱਖਾਂ ਦੀ ਹਮਾਇਤ ਕਰਨ ਦਾ ਇਹ ਦਾਅਵਾ ਕਰਦੀ ਆ। ਕਾਂਗਰਸ ਆਪ ਇਹੋ ਜਿਹੀਆਂ ਜਿਹੜੀਆਂ ਪਾਰਟੀਜ਼ ਆ, ਆਪਣੇ ਆਪ ਨੂੰ ਧਰਮ ਨਿਰਪੱਖ ਦੱਸਦੀਆਂ ਵਾ। ਇਸੇ ਤਰ੍ਹਾਂ ਇੱਕ ਹੋਰ ਇੱਥੇ ਪਾਰਟੀ ਆ ਬੀ ਐੱਸ ਪੀ। BSP ਦਲਿਤ ਵਰਗ ਦੇ ਹਿੱਤਾਂ ਦੀ ਸੁਰੱਖਿਆ ਕਰਨ ਵਾਸਤੇ ਵਚਨਬੱਧ ਆ, ਜਾਂ ਐਟਲੀਸਟ ਦਾਅਵਾ ਤਾਂ ਕਰਦੀ ਵੀ ਉਹ ਵਚਨਬੱਧ ਆ। ਪਰ ਜਿਸ ਵੇਲੇ ਇਹ ਪਾਰਟੀਆਂ ਦੇ ਲੀਡਰ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਸ਼ਾਮਿਲ ਹੁੰਦੇ ਆ, ਤਾਂ ਜ਼ਾਹਿਰ ਹੈ ਕਿ ਉਹ ਸਿਰਫ ਅਤੇ ਸਿਰਫ ਨਿੱਜੀ ਸਵਾਰਥ ਵਾਸਤੇ ਇਹ ਸਭ ਕੁਝ ਕਰਦੇ ਆ। ਕੁਝ ਲੀਡਰ ਜਿਹੜੇ ਆ, ਹੋ ਸਕਦਾ ਵਾ ਬੜੇ ਕਰੈਕਟ ਹੋਣ, ਸਹੀ ਹੋਣ, ਉਹ ਜੈਨੂਅਨਲੀ ਫੀਲ ਕਰਦੇ ਹੋਣ ਵੀ ਉਹਨਾਂ ਨੂੰ ਉੱਥੇ ਉਹਨਾਂ ਦੀ ਜੋ ਉਹਨਾਂ ਨੂੰ ਚਾਹੀਦਾ ਸੀ, ਜੋ ਉਹਨਾਂ ਦੀ
ਕਾਬਲੀਅਤ ਹੈ ਉਹਦੇ ਹਿਸਾਬ ਨਾਲ ਉਹਨਾਂ ਦੀ ਇੱਜ਼ਤ ਨਹੀਂ ਹੈ, ਇੱਜ਼ਤ ਮਾਣ ਨਹੀਂ ਹੈ, ਉਹ ਦੂਜੀ ਪਾਰਟੀ 'ਚ ਉਹ ਬਿਹਤਰ ਕੰਮ ਕਰ ਸਕਦੇ। ਕੁਝ ਲੀਡਰ ਇਸ ਵਾਸਤੇ ਹੋ ਸਕਦੇ, ਪਰ ਬਹੁਤ ਸਾਰੇ ਲੋਕ ਜਿਹੜੇ ਆ ਉਹ ਬੇਸਿਕਲੀ ਸੀਟ ਜਿੱਤਣ ਵਾਸਤੇ ਪਾਰਟੀ ਬਦਲਦੇ। ਅਸਲੀਅਤ 'ਚ ਵੱਖਰੀਆਂ ਵੱਖਰੀਆਂ ਸਿਆਸੀ ਪਾਰਟੀਆਂ ਦਾਅਵਾ ਜੋ ਮਰਜ਼ੀ ਕਰਦੀਆਂ ਹੋਣ, ਉਹਨਾਂ ਦੀ ਵਿਚਾਰਧਾਰਾ 'ਚ ਬਹੁਤ ਘੱਟ ਫਰਕ ਹੈ। ਹਾਂ, ਜਿਹੜੀ ਆਮ ਆਦਮੀ ਪਾਰਟੀ ਆ ਉਹ ਜ਼ਰੂਰ ਬਾਕੀਆਂ ਨਾਲੋਂ ਵੱਖਰੀ, ਇਸ ਵੇਲੇ ਵੱਖਰੀ ਜਾਪਦੀ ਆ। ਕੁਝ ਸੱਜਣ ਸਾਡੇ ਨਾਲ ਜੁੜੇ ਆ, ਦੇਖਦੇ ਹਾਂ ਉਹਨਾਂ ਦਾ ਇਸ ਮਸਲੇ 'ਤੇ ਕੀ ਵਿਊ ਪੁਆਇੰਟ ਹੈ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਮੈਂ ਬੋਲਦਾ ਜੀ ਰੈਂਟਾਂ ਵਾਸ਼ਿੰਗਟਨ USA ਤੋਂ। ਤੇਰਾ ਨਾਂ ਨਹੀਂ ਸਮਝ ਆਈ ਭਾਈ ਸਾਹਿਬ? ਰੂਪ ਸਿੰਘ ਸੰਧੂ। ਹਾਂਜੀ ਰੂਪ ਸਿੰਘ ਜੀ, ਸਵਾਗਤ ਹੈ। ਹੋਰ ਕੀ ਹਾਲ ਆ ਜੀ ਤੁਹਾਡਾ? ਵਧੀਆ ਜੀ, ਮੁੱਦਾ ਜਿਹੜਾ ਅੱਜ ਦਾ। ਮਿਹਰਬਾਨੀ ਮਿਹਰਬਾਨੀ, ਇਹ ਕਿਹੜੀ ਜਗ੍ਹਾ ਵਾ ਜਿੱਥੋਂ ਤੁਸੀਂ ਬੋਲ ਰਹੇ ਜੇ? ਅਸੀਂ ਸਿਆਟਲ ਤੋਂ ਜੀ। ਸਿਆਟਲ, ਸਿਆਟਲ USA। ਹਾਂਜੀ ਹਾਂਜੀ ਰੂਪ ਸਿੰਘ ਜੀ। ਹਾਂਜੀ, ਵੈਸੇ ਤਾਂ ਤੁਸੀਂ ਆਪ ਹੀ ਸਾਰਾ ਕੁਝ ਦੱਸ ਦਿੱਤਾ ਜੀ, ਜੀ ਜਾਣਕਾਰੀ ਦੇ ਤੀ, ਪਰ ਜਿਹੜਾ ਇਹ ਰੁਝਾਨ ਆ ਮਤਲਬ ਆਪ ਵੱਲ ਜਿਹੜੇ ਬੰਦੇ ਆ ਰਹੇ ਆ ਉਹ ਮੇਰੇ ਮੁਤਾਬਕ ਵਧੀਆ ਆ ਰਹੇ ਆ ਜੀ। ਉਹਦੇ 'ਚ ਰੂਪ ਸਿੰਘ ਜੀ ਇੱਕੋ ਹੀ ਡਰ ਆ ਵੀ ਕਦੀ ਇਹ ਨਾ ਹੋਵੇ ਕਦੀ ਵਾਪਸ ਚੱਲ ਜਾਣ, ਫਿਰ ਆਪ ਨੂੰ ਬਹੁਤ ਨੁਕਸਾਨ ਹੋਊ। ਇਸ ਤਰ੍ਹਾਂ ਤਾਂ ਹੋ ਨਹੀਂ ਸਕਦਾ ਜੀ, ਜੇ ਮਤਲਬ ਕਿ ਬਾਕੀ ਕੁਛ ਜਿਹੜਾ ਇਹ ਗੱਲ ਤਾਂ ਹੈਗੀ ਆ ਜਿਹੜੀ ਭਵਿੱਖ ਦੇ ਗਰਭ ਦੇ ਵਿੱਚ ਛੁਪੀ ਹੋਈ ਆ ਜੀ, ਪਰ ਹਾਲ ਦੀ ਘੜੀ ਤਾਂ ਕੁਛ ਕਹਿ ਨਹੀਂ ਸਕਦੇ ਜੀ। ਜੀ ਜੀ, ਤੇ ਉਹਦੇ ਵਾਸਤੇ ਮਤਲਬ ਕਿ ਬੰਦੇ, ਕਿਉਂਕਿ ਜਿਹੜੇ ਜਿਨ੍ਹਾਂ ਦੀ ਲੋਕਾਂ ਦੇ ਵਿੱਚ ਆਧਾਰ ਆ, ਬੰਦੇ ਜੋੜਨੇ ਵੀ ਜ਼ਰੂਰੀ ਆ ਜੀ, ਪਰ ਇਹ ਜਿਹੜੇ ਬੰਦੇ ਮਤਲਬ ਕਿ ਆਪ ਵੱਲ ਆ ਰਹੇ ਆ ਬਹੁਤ ਵਧੀਆ ਆ ਰਹੇ ਆ, ਜੇ ਆਪ ਦਰਵਾਜ਼ਾ ਖੋਲ੍ਹ ਦੇਵੇ ਬੰਦਿਆਂ ਦੇ ਸ਼ਾਮਿਲ ਹੋਣ ਦਾ, ਤਾਂ ਪਤਾ ਨਹੀਂ ਕਿੰਨੇ ਅਕਾਲੀ ਕਾਂਗਰਸੀ ਜਾਂ ਕਿੰਨੇ ਹੋਰ ਵੀ ਮਤਲਬ ਕਿ ਉਹ ਤਾਂ ਤੜਾ ਤੜੀ ਹੋ ਜਾਣਗੇ ਸ਼ਾਮਿਲ। ਪਿੱਛੇ ਜੇ ਹੋਇਆ ਵੀ ਸੀ, ਫਿਰ ਵਰਕਰਾਂ ਨੇ ਵਿਰੋਧ ਕੀਤਾ ਤਾਂ ਇਹ ਰੁਕ ਗਿਆ ਸੀਗਾ ਜੀ ਸਿਲਸਿਲਾ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਆ, ਧਿਆਨ ਨਾਲ ਲੈਣਾ ਚਾਹੀਦਾ ਵਾ ਸਾਰੇ ਲੀਡਰਾਂ ਨੂੰ। ਹਾਂ ਬਿਲਕੁਲ, ਉਹ ਲੀਡਰ ਹੀ ਲੈਣੇ ਚਾਹੀਦੇ ਜਿਹਨਾਂ ਦੇ ਵਾਪਸ ਜਾਣ ਦੇ ਚਾਂਸਿਸ ਘੱਟ ਆ। ਤੁਸੀਂ ਵੇਖਿਆ ਪਿੱਛੇ ਜੇ ਵੀ ਬਲਕਾਰ ਸਿੱਧੂ ਜਿਹੜੇ ਗਾਇਕ ਆ ਜਿਹੜੇ ਪਹਿਲੋਂ ਆਪ ਨਾਲ ਜੁੜੇ ਸੀ ਉਹ ਹੁਣ ਕਾਂਗਰਸ ਚਲੇ ਗਏ ਆ। ਸੋ ਇਹ ਹਾਂਜੀ ਹਾਂਜੀ, ਉਹ ਸੀਗੇ ਜੀ ਆਪਣੇ ਤਲਵੰਡੀ ਸਾਬੋ ਤੋਂ ਲੜੇ ਸੀ ਚੋਣ, ਤੇ ਉਹਨਾਂ ਨੂੰ ਗਿਣਤੀ ਦੀਆਂ ਵੋਟਾਂ ਹੀ ਪਈਆਂ ਸੀ, ਤੇ ਉਹ ਵੇਖ ਲਓ ਵੀ ਉਹਨਾਂ ਦਾ ਕਿੰਨਾ ਕੁ ਆਧਾਰ ਆ ਜੀ। ਜੀ ਜੀ ਜੀ, ਇਸੇ ਤਰ੍ਹਾਂ ਹੀ ਦੀਪਇੰਦਰ ਸਿੰਘ ਢਿੱਲੋਂ ਇਹ ਅਕਾਲੀ ਦਲ 'ਚ ਸ਼ਾਮਿਲ ਹੋਏ ਸੀ, ਫਿਰ ਉਹ ਵਾਪਸ ਚਲੇ ਗਏ। ਚਲੋ ਕੁਛ ਬੰਦੇ ਦੀ ਆਪਦੀ ਮਰਜ਼ੀ ਹੁੰਦੀ ਆ, ਕੁਛ ਲੋਕਾਂ ਦੀਆਂ ਆਪਦੀਆਂ ਉਹਨਾਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ, ਕੁਛ ਸਮਾਜ ਸੇਵਾ ਕਰਨੀ ਚਾਹੁੰਦੇ ਆ, ਕੁਛ ਲੋਕ ਇਗਨੋਰ ਕੀਤੇ ਹੁੰਦੇ ਆ, ਕਈ ਕਾਰਨ ਹੁੰਦੇ ਆ ਜੀ। ਬਿਲਕੁਲ ਠੀਕ, ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ ਰੂਪ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਹੀ ਕਾਲ ਕਰਦੇ ਹੋ, ਤੁਹਾਡੀ ਕਾਲ ਦੀ ਇੰਤਜ਼ਾਰ ਰਹੂਗੀ, ਦੇਖਦੇ ਹਾਂ ਸਾਡੇ ਅਗਲੇ ਕਾਲਰ ਜਿਹੜੇ ਆ ਉਹ ਆਪਣਾ ਕੀ ਦ੍ਰਿਸ਼ਟੀਕੋਣ ਦੇਣਾ ਚਾਹੁੰਦੇ। ਹੈਲੋ, ਹਾਂਜੀ ਅੰਕਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਫਤਿਹ। ਮੈਂ ਤੇਜਪ੍ਰੀਤ ਕੌਰ ਬੋਲ ਰਹੀ ਸੀ। ਮੈਂ ਪਛਾਣ ਲਿਆ, ਹਾਂਜੀ ਤੇਜਪ੍ਰੀਤ, ਹਾਂਜੀ ਅੰਕਲ, ਆਪਾਂ ਗੱਲ ਕਰਦੇ ਸੀਗੇ ਵੀ ਕਿਹੜੇ ਲੀਡਰ ਜਾਂ ਪਾਰਟੀਜ਼ ਕਿਉਂ ਚੇਂਜ ਕਰਦੇ ਆ ਜੀ, ਉਹਨਾਂ ਦੀ ਆਪਾਂ ਜੇ ਗੱਲ ਕਰੀਏ ਕੋਰ ਵੈਲਿਊਜ਼ ਦੀ, ਪਰ ਆਪਾਂ ਇਹਨਾਂ ਨੂੰ ਜੇ ਕਿਹੜੇ ਪੋਲੀਟੀਸ਼ੀਅਨਸ ਇਹਨਾਂ ਨੂੰ ਬੈਨੀਫਿਟ ਆਫ ਦਾ ਡਾਊਟ ਦਈਏ, ਵੀ ਕੈਨ ਸੇ ਵੀ ਕਦੋਂ ਉਹਨਾਂ ਨੇ ਪਹਿਲਾਂ ਪਾਰਟੀ ਜੁਆਇਨ ਕੀਤੀ ਹੈ ਉਹਨਾਂ ਨੂੰ ਲੱਗਦਾ ਸੀ ਪਾਰਟੀ ਕਰਨਾ ਕੁਛ ਹੋਰ ਚਾਹੀਦੀ ਹੈ, ਪਰ ਵੈਨ ਦੇ ਗਾਟ ਟੂ ਨੋ ਇਟ ਬੈਟਰ, ਫਿਰ ਉਹਨਾਂ ਨੂੰ ਪਤਾ ਲੱਗ ਗਿਆ ਨਹੀਂ ਇਹ ਤਾਂ ਇੱਦਾਂ ਹੀ ਅਸੀਂ ਚੱਲ ਜਾਈਏ। ਬਟ ਆਪਾਂ ਜੇ ਇੱਦਾਂ ਸੋਚੀਏ, ਆਪਾਂ ਕਿਹੜੇ ਪੋਲੀਟੀਸ਼ੀਅਨ ਲੀਡਰਸ ਹੈ, ਅੰਨੇ ਉਹ ਨੇਵ ਨਹੀਂ ਹੈਗੇ, ਕੋਈ ਛੋਟੇ ਬੱਚੇ ਨਹੀਂ ਹੈਗੇ ਜੋ ਇੱਦਾਂ ਸੋਚ ਕੇ ਇੱਦਾਂ ਪਾਰਟੀ ਚੇਂਜ ਕਰ ਰਹੇ ਹੈ, ਕਿਉਂਕਿ ਉਹ ਤਾਂ ਕਨਿੰਗ ਹੈ, ਦੇ ਸਮਾਰਟ, ਕਿੱਥੇ ਪਹੁੰਚੇ ਹੈ ਉਹ, ਉਹਨਾਂ ਦੀ ਆਪਣੀ ਇੰਟੈਲੀਜੈਂਸ ਕਰਕੇ ਪਹੁੰਚੇ ਹੈ, ਉਹ ਤਾਂ ਐਂ ਤਾਂ ਕਹਿ ਨਹੀਂ ਸਕਦੇ ਵੀ ਹਾਂ ਸਾਨੂੰ ਆਹ ਪਾਰਟੀ ਨੂੰ ਚੰਗੀ ਲੱਗਦੀ, ਇਹ ਪਾਰਟੀ ਸਹੀ ਨਹੀਂ ਹੈਗੀ ਸਾਡੇ ਵਾਸਤੇ, ਦੂਸਰੀ ਪਾਰਟੀ ਵਿੱਚ ਆਉਣਾ। ਇੱਥੇ ਅਮੈਰੀਕਾ ਵਿੱਚ ਇੱਦਾਂ ਹੋਵੇ, if you go from the democratic to the republican or the republican to the democratic, athe america vi samjha you're betraying your whole party, kyunki india vich ki hai kisi ne socha nahi eh nahi karna chahida, ja fir parties vich kis naal ladai hogi, chalo ji party change kar li ji uncle, parties ede naal hi bandi hai, je tusi thodi, if you don't get along with someone, that does not mean that you have to change your parties or something like that. Jee. Parties kide waste stand karti hai, the party is a symbol for what you believe in, te je tusi oh party hi change kar li ta tusi believe kide ch karde ho, ida matlab ta ehi ho gaya tusi parties kyon change karde ho, it's plain and simple, tusi parties is karke change kar rahe ho ki sade kede elect hone de chances hai oh higher ho jan, hun mostly sare AAP party vich ja rahe hai, aam aadmi party kyon ja rahe hai, it's doing well now, see AAP party hai ge usde bahut supporters ne, is karke sare usde vichare usne join kar rahe hain, but je usde anne supporters na hunde ta mainu ta nahi lagda si ta vi kehdi aam aadmi party hai usde anne supporters jane sige,
ਕਿਉਂਕਿ ਆਪਾਂ ਪਹਿਲਾਂ ਦੇਖ ਲਓ ਸਾਲ ਪਹਿਲਾਂ ਦੇਖ ਲੈਂਦੇ ਉਹਨੂੰ ਆਮ ਆਦਮੀ ਪਾਰਟੀ ਨੂੰ ਕੋਈ ਲਾਈਕ ਨਹੀਂ ਸੀ ਕਰਦਾ, ਸਾਰੇ ਕਿੰਨੇ ਵੀ ਜੁਆਇਨ ਕੀਤੇ ਆ ਮੋਸਟਲੀ ਇੱਕ ਤੋਂ ਸੀਗੇ ਉਹਨੂੰ ਲਾਈਕ ਨਹੀਂ ਸੀ ਕਰਦੇ, ਹੁਣ ਉਹਨੂੰ ਜਾ ਕੇ ਉਹਦੇ ਵਿੱਚ ਜੁਆਇਨ ਕਰ ਰਹੇ ਆ। ਹਾਊ ਇਜ਼ ਦੈਟ? ਇਹ ਤਾਂ ਇਹੀ ਕਹਿ ਰਿਹਾ ਤੁਸੀਂ ਇਹ ਨਹੀਂ ਦੇਖਦੇ ਕੋਰ ਵੈਲਿਊਜ਼ ਕੀ, ਤੁਸੀਂ ਇਹ ਦੇਖਦੇ ਆ ਉਹਨਾਂ ਦੀ ਸਪੋਰਟ ਕਿੰਨੀ ਹੈ ਵੀ ਜੇ ਅਸੀਂ ਜੁਆਇਨ ਕਰਾਂਗੇ ਸਾਡਾ ਕੀ ਫਾਇਦਾ ਹੋਏਗਾ। ਜੀ ਜੀ ਬਿਲਕੁਲ, ਤੁਸੀਂ ਆਪਣੀ ਕੰਟਰੀ ਦੀ ਨਹੀਂ ਸੋਚ ਰਹੇ, ਤੁਸੀਂ ਆਪਣੇ ਆਪ ਦੀ ਸੋਚ ਰਹੇ ਆ। ਹਾਊ ਯੂ ਕੈਨ ਡੂ ਬੈਟਰ ਯੋਰਸੈਲਫ, ਹਾਊ ਕੈਨ ਯੂ ਮੇਕ ਯੋਰਸੈਲਫ ਬੈਟਰ। ਬਿਲਕੁਲ ਬਿਲਕੁਲ ਤੇਜਪ੍ਰੀਤ, ਮੈਂ ਤੁਹਾਨੂੰ ਐਗਰੀ ਕਰਦਾ ਵੀ ਇਹ ਮਸਲਾ ਜਿਹੜਾ ਵਾ ਇਹ ਕੋਰ ਵੈਲਿਊਜ਼ ਦਾ ਮਸਲਾ ਵਾ, ਔਰ ਸ਼ਾਇਦ ਇਸ ਸਾਡੀ ਲੋਕਤੰਤਰ ਦੇ ਵਿੱਚ, ਇੱਥੋਂ ਦੀ ਲੋਕਤੰਤਰ ਦੇ ਵਿੱਚ ਇਸ ਚੀਜ਼ ਦੀ ਘਾਟ ਆ, ਔਰ ਇਸੇ ਕਰਕੇ ਹੀ ਇਹ ਪਾਰਟੀਆਂ ਦੇ ਵਿੱਚ ਅਦਲਾ ਬਦਲੀ ਜਿਹੜੀ ਆ ਇਹ ਪੋਸੀਬਲ ਆ, ਇਹ ਰੁਝਾਨ ਜਿਹੜਾ ਵਾ ਇਹ ਵੇਖਣ ਨੂੰ ਮਿਲਦਾ ਵਾ। ਦੇਖਦੇ ਹਾਂ ਸਾਡੇ ਅਗਲੇ ਕਾਲਰ ਜਿਹੜੇ ਆ ਉਹ ਕੀ ਗੱਲ ਕਰਨੀ ਚਾਹੁੰਦੇ। ਹੈਲੋ, ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ, ਸੰਧੂ ਸਾਹਿਬ ਅਟਵਾਲ ਬੋਲ ਰਿਹਾ। ਹਾਂਜੀ ਅਟਵਾਲ ਜੀ, ਜਿੱਦਾਂ ਹੈਗਾ ਕਿ ਜਿੱਥੇ ਅੱਧੀ ਦਰਜਨ ਜਾਂ ਇੱਕ ਦਰਜਨ ਪਾਰਟੀਆਂ ਹੋਣ ਜੀ, ਉੱਥੇ ਆਈਡੀਓਲੋਜੀ ਕੀ ਹੋ ਸਕਦੀ ਹੈਗੀ ਆ ਜੀ? ਪਾਰਟੀਆਂ ਦੀ ਆਈਡੀਓਲੋਜੀ ਵਿੱਚ ਕੋਈ ਨਾਲੇ ਦੇ ਵਿੱਚ ਰਿਸਟ੍ਰਿਕਸ਼ਨਾਂ ਹੈਗੀਆਂ? ਜਿਵੇਂ ਅਕਾਲੀ ਦਲ ਦੀ ਜੇ ਦੇਖਿਆ ਜਾਏ ਜਿਹੜੀ ਆਈਡੀਓਲੋਜੀ 'ਤੇ ਜਿੱਤਦੇ ਹੈਗੇ ਆ ਉਹ ਆ ਕੇ ਪੰਥ ਦੀ ਰਖਵਾਲੀ ਕਰਨੀ ਆ, ਇਹ ਕਨਸਟੀਟਿਊਸ਼ਨਲੀ ਇਲੀਗਲ ਹੈਗਾ ਆ, ਮਲਟੀ ਪਾਰਟੀ ਡੈਮੋਕ੍ਰੇਸੀ ਦੀ ਜੇ ਦੋ ਪਾਰਟੀਆਂ ਹੋਣ ਤੇ ਫਿਰ ਸ਼ਾਇਦ ਘੱਟ ਹੋਵੇ ਅਦਲਾ ਬਦਲੀ? ਨਹੀਂ, ਮੈਂ ਆ ਰਿਹਾ ਕਿ ਇਸ ਲਈ ਜਿਹੜੇ ਲੀਡਰ ਨੇ ਨਾ ਉਹਨਾਂ ਦੀ ਆਈਡੀਓਲੋਜੀ ਇੱਕੋ ਹੀ ਓਪਰਚੁਨਿਜ਼ਮ ਓਕੇ ਤੇ ਉਹ ਚਾਲੂ ਹੈਗੀ ਆ। ਤੇ ਜਿਵੇਂ ਹੈਗਾ ਕਿ ਆਪਾਂ ਨੂੰ ਪਤਾ ਕਿ ਥੋੜੇ ਮਹੀਨੇ ਪਹਿਲਾਂ ਕੈਪਟਨ ਸਾਹਿਬ ਦਾ ਸਟੈਂਡ ਸੀ ਜੀ, ਮੈਂ ਸ਼ਾਇਦ ਅਲੱਗਾ ਪਾਰਟੀ ਬਣਾ ਵਾ ਜੇ ਮੈਨੂੰ ਲੀਡਰਸ਼ਿਪ ਨਾ ਮਿਲੀ ਜੀ। ਇਹ ਤੇ ਸਿੱਧੂ ਵੀ ਹੋਣ ਹੈਗੇ ਕਿ ਇਹਨਾਂ ਨੂੰ ਸੀਗਾ ਕਿ ਲੀਡਰਸ਼ਿਪ ਮਿਲ ਜਾਏਗੀ ਬੀਜੇਪੀ ਦੀ, ਤਾਂ ਨਹੀਂ ਮਿਲਦੀ ਤਾਂ ਇਹਨਾਂ ਦਾ ਹੈ ਕਿ ਚੱਲ ਰਿਹਾ ਕਿ ਛੱਡ ਜਾਣਗੇ। ਪਰ ਇਹ ਜਿਹੜਾ ਹੈ ਕਿ ਖਾਲੀ ਇੰਡੀਆ ਦੇ ਵਿੱਚ ਹੀ ਨਹੀਂ ਗਾ, ਜਿੱਥੇ ਆਈਡੀਓਲੋਜੀ ਹੈਗੀ ਆ, ਜਿੱਥੇ ਜਿਵੇਂ ਅਮਰੀਕਾ ਵਿੱਚ ਹੈਗਾ ਕਿ ਉੱਥੇ ਦੋ ਪਾਰਟੀਆਂ ਜੀ, ਇਹਨਾਂ ਦੀ ਆਪਣੀ ਆਪਣੀ ਆਈਡੀਓਲੋਜੀ ਆ। ਇੱਥੇ ਪਰ ਜਦ ਇਲੈਕਸ਼ਨਾਂ ਹੁੰਦੀਆਂ ਜਿਵੇਂ ਹੁਣ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਵਾਸਤੇ ਟਰੰਪ ਨੇ ਉਹ ਰਿਪਬਲਿਕਨ ਪਾਰਟੀ ਵੱਲੋਂ ਕੋਸ਼ਿਸ਼ ਕਰ ਰਹੇ ਆ, ਪਰ ਕਿੰਨੇ ਮਹੀਨੇ ਤੱਕ ਉਹਨੇ ਇਹ ਡਿਕਲੇਅਰ ਨਹੀਂ ਸੀ ਕੀਤਾ ਕਿ ਜੇ ਮੈਨੂੰ ਟਿਕਟ ਨਾ ਮਿਲੀ ਤਾਂ ਮੈਂ ਰਿਪਬਲਿਕਨ ਪਾਰਟੀ ਦੇ ਨਾਲ ਰਹਾਂਗਾ। ਬਿਲਕੁਲ ਠੀਕ ਹੈ, ਹੁਣ ਜਿੱਦਾਂ ਹੈਗਾ ਕਿ ਆਸਤਾ ਆਸਤਾ ਹੁਣ ਉਹਦਾ ਚਾਂਸ ਬਣਦਾ ਹੈਗੇ ਆ ਕਿ ਹਾਂ ਟਿਕਟ ਉਹਨੂੰ ਮਿਲਣੀ ਹੈਗੀ ਆ, ਤਾਂ ਉਹਨੇ ਡਿਕਲੇਅਰ ਕਰ ਦਿੱਤਾ ਕਿ ਮੈਂ ਰਿਪਬਲਿਕਨ ਪਾਰਟੀ ਦੇ ਵਿੱਚ ਹੈਗਾ। ਔਰ ਦੂਜਾ ਹੈਗਾ ਕਿ ਇਸ ਵੇਲੇ ਜਿਹੜਾ ਸਿਚੁਏਸ਼ਨ ਹੈਗਾ, ਦੋ ਸੂਬਿਆਂ 'ਚ ਇਲੈਕਸ਼ਨਾਂ ਹੋਈਆਂ, ਦੋਵਾਂ 'ਚ ਇਸ ਮਹੀਨੇ 'ਚ ਹੋ ਜਾਣੀਆਂ, ਉਹ ਤੋਂ ਬਾਅਦ ਜਿਹੜਾ ਹੈਗਾ ਕਿ ਜਿੱਦਾਂ ਦੇਖਣ ਤੋਂ ਲੱਗਦਾ ਹੈਗਾ ਆ ਕਿ ਇੱਕ ਸਾਈਡ 'ਤੇ ਟਰੰਪ ਹੋਏਗਾ, ਦੂਜੇ ਸਾਈਡ 'ਤੇ ਸੈਂਡਰਸ ਹੋਏਗਾ। ਜੇ ਇਸ ਮਹੀਨੇ ਦੇ ਅਖੀਰ ਤੱਕ ਹੋ ਗਿਆ ਜਿਹੜਾ ਹੋ ਜਾਣਾ ਹੈਗਾ ਆ, ਤਾਂ ਤੁਸੀਂ ਦੇਖਿਓ ਕਿ ਅਗਲੇ ਮਹੀਨੇ ਦੇ ਸ਼ੁਰੂ ਵਿੱਚ ਇੱਕ ਹੋਰ ਕੈਂਡੀਡੇਟ ਆ ਜਿਹਨੇ ਐਕਚੁਲੀ ਜਿਹੜਾ ਹੈਗਾ ਜਿੱਤਣ ਦੇ ਜਿਹੜੇ ਬਹੁਤ ਚਾਂਸ ਪਏ ਤਾਂ ਦੋਨਾਂ ਦੇ ਹਾਰਨ ਦੇ ਚਾਂਸ, ਉਹਦਾ ਨਾਂ ਹੈ ਬਲੂਮਬਰਗ। ਕੀ ਨਾਂ ਜੀ? ਬਲੂਮਬਰਗ। ਹਾਂਜੀ, ਅਖੀਰ ਦੇਖ ਲਓ ਕਿ ਉਹਨੇ ਜਿੱਤਣਾ ਹੈਗਾ ਓਕੇ ਐਜ਼ ਇੰਡੀਪੈਂਡੈਂਟ ਕੈਂਡੀਡੇਟ ਓਕੇ। ਇੱਕ ਖੈਰ ਮੈਂ ਆਪਾਂ ਇੰਡੀਅਨ ਪੋਲੀਟਿਕਸ ਦੀ ਦੁਬਾਰਾ ਗੱਲ ਕਰੀਏ, ਬੜਾ ਵਧੀਆ ਪੁਆਇੰਟ ਇਹਨਾਂ ਨੇ ਰੱਖਿਆ ਵਾ ਕਿ ਬਹੁਤ ਸਾਰੇ ਸਿਆਸੀ ਲੀਡਰ, ਠੀਕ ਆ ਕੁਝ ਸਿਆਸੀ ਲੀਡਰ ਜੈਨੂਇਨ ਵੀ ਹੈ ਜੇ ਉਹ ਪਾਰਟੀ ਬਦਲਦੇ ਆ ਅਤੇ ਉਹਨਾਂ ਦੀ ਵਾਕਈ ਅੰਦਰੋਂ ਕਮਿਟਮੈਂਟ ਆ ਉਸ ਪਾਰਟੀ ਵੱਲ ਜਿਹੜੀ ਨਵੀਂ ਪਾਰਟੀ 'ਚ ਜਾ ਰਹੀ ਆ, ਪਰ ਬਹੁਤ ਲੋਕਾਂ ਦਾ ਜਿਹੜਾ ਧਰਮ ਹੈ ਬੇਸਿਕਲੀ ਉਹ ਮੌਕਾ ਪ੍ਰਸਤੀ ਹੈ, ਅਪਰਚੁਨਿਜ਼ਮ, ਔਰ ਇਹੋ ਹੀ ਚੀਜ਼ ਉਹਨਾਂ ਨੂੰ ਇੱਕ ਪਾਰਟੀ ਤੋਂ ਦੂਜੀ ਪਾਰਟੀ 'ਚ ਲੈ ਕੇ ਜਾ ਰਹੀ ਹੈ। ਸੋ ਬੇਸਿਕਲੀ ਸਾਡੇ ਕੈਰੈਕਟਰ ਦੀ ਗੱਲ ਇੱਥੇ ਆ ਗਈ, ਜਿਹੜਾ ਇੰਡੀਅਨ ਸਿਸਟਮ ਆ, ਇੰਡੀਅਨ ਕੈਰੈਕਟਰ ਆ, ਜਿਹੜਾ ਸਾਡੇ ਲੋਕਾਂ ਦਾ ਜਿਹੜਾ ਸਿਆਸਤ ਹੈ ਇੱਥੇ, ਜਿਹੋ ਜਿਹੀ ਸਿਆਸਤ ਚੱਲ ਰਹੀ ਆ, ਔਰ ਇਸ ਸਿਆਸਤ 'ਚ ਇੱਕ ਬਦਲਾਵ ਲਿਆਉਣ ਦੀ ਡੈਫੀਨੇਟਲੀ ਲੋੜ ਆ, ਉਸ ਪਾਸੇ ਰੁਝਾਨ ਤੁਰਿਆ ਤਾਂ ਹੈ, ਦੇਖਦੇ ਹਾਂ ਉਹ ਕਿੰਨਾ ਕੁ ਕਾਮਯਾਬ ਹੁੰਦਾ। ਬਹੁਤ ਧੰਨਵਾਦ ਅਤਵਾਲ ਜੀ, ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਮੇਰਾ ਨਾਮ ਗਗਨਦੀਪ ਅਬਰੋਏ ਹੈ, ਮੈਂ ਸੀਐਟਲ ਤੋਂ ਬੋਲ ਰਿਹਾ ਜੀ। ਹਾਂਜੀ ਹਾਂਜੀ ਗਗਨਦੀਪ ਜੀ। ਹਾਂਜੀ ਸੰਧੂ ਸਾਹਿਬ, ਆਪ ਦੀ ਵੇਵ ਬਣ ਰਹੀ ਹੈ, ਔਰ ਮੇਰੇ ਤੋਂ ਪਹਿਲਾਂ ਕਾਫੀ ਸਮਝਦਾਰ ਲੋਕਾਂ ਨੇ ਆਪਣੇ ਸੁਝਾਅ ਦਿੱਤੇ ਆ, ਜਿਵੇਂ ਰੈਂਟਨ ਤੋਂ, ਸੀਐਟਲ ਤੋਂ ਕੋਈ ਸੰਧੂ ਸਾਹਿਬ ਸੀਗੇ ਜੀ, ਤੇ ਆਪਾਂ ਸਾਰੇ ਪੰਜਾਬ ਦਾ ਭਲਾ ਚਾਹੁੰਦੇ ਹਾਂ, ਤੇ ਮੇਰੀ ਇੱਕ ਦਿਲੀ ਖੁਆਇਸ਼ ਆ, ਮੈਂ ਬੜੇ ਦਿਨ ਤੋਂ ਸੋਚਦਾ ਪਰ ਅੱਜ ਮੈਂ ਹਿੰਮਤ ਕਰਕੇ ਤੁਹਾਨੂੰ ਆਪ ਜੀ ਨੂੰ ਬੇਨਤੀ ਕਰਨ ਲੱਗਿਆ ਜੀ ਜੀ, ਕਿ ਜਿਵੇਂ ਤੁਸੀਂ ਕਿਉਂ ਨੀ ਕੇਜਰੀਵਾਲ ਸਾਹਿਬ ਦਾ ਸਾਥ ਦਿੰਦੇ ਆ, ਸਾਨੂੰ ਚੰਗੇ ਬੰਦੇ ਲੋੜ ਹੈ, ਤੁਹਾਡਾ ਇੰਨਾ ਵੱਡਾ ਜਰਨਲਿਜ਼ਮ ਦਾ ਐਕਸਪੀਰੀਅੰਸ ਹੈ ਇੰਡੀਆ ਟੂਡੇ ਤੇ ਹੋਰ ਚੰਗੇ ਚੰਗੇ ਤੁਸੀਂ ਰਿਨੋਨਡ
ਨਿਊਜ਼ ਐਂਡ ਵੀਕਲੀ 'ਚ ਤੁਸੀਂ ਕੰਮ ਕੀਤਾ ਹੋਇਆ, ਅਤੇ ਆਪਾਂ ਯੂਥ ਨੂੰ ਅੱਗੇ ਲੈ ਕੇ ਜਾਈਏ, ਆਪਣੀ ਸਟੇਟ ਨੂੰ ਅੱਗੇ ਲੈ ਕੇ ਜਾਈਏ, ਤੁਹਾਡੇ 'ਚ ਪੇਸ਼ੈਂਸ ਹੈਗੀ ਆ, ਤੁਸੀਂ ਸੁਣ ਸਕਦੇ ਹੋ ਗੱਲ, ਹੈਵ ਯੂ ਐਵਰ ਟਰਾਈਡ ਕੰਸੀਡਰਿੰਗ ਦਿਸ ਆਪਸ਼ਨ ਕਿ ਗਗਨਦੀਪ ਜੀ ਮੇਰੀ ਗੱਲ ਸੁਣੋ, ਬਹੁਤ ਬਹੁਤ ਧੰਨਵਾਦ, ਤੁਸੀਂ ਇਹੋ ਜਿਹੀ ਵਿਚਾਰ ਤੁਹਾਡੇ ਮਨ 'ਚ ਵੀ ਆਈ, ਪਰ ਉਹਦੇ 'ਚ ਪ੍ਰੋਬਲਮ ਇਹ ਹੋ ਜਾਂਦੀ ਹੈ ਵੀ ਬੰਦਾ ਜਿਹੜੇ ਕੰਮ 'ਚ ਲੱਗਾ ਹੁੰਦਾ ਵਾ ਉਹਦੇ 'ਚ ਹੀ ਉਸ ਕੰਮ 'ਚ ਹੀ ਥੋੜ੍ਹੀ ਬਹੁਤ ਮਾਰਤਾ ਹੁੰਦੀ ਹੈ, ਉਹਦੇ 'ਚ ਵੀ ਬੰਦਾ ਹਾਲੇ ਵੀ ਕਈ ਵਾਰ ਐਕਸਪੀਰੀਅੰਸਿਸ ਗੇਨ ਕਰਦਾ ਵਾ, ਉਹਦੇ 'ਚ ਹਾਲੇ ਤੱਕ ਕਈ ਵਾਰ ਲੱਗੇ ਨਵੇਂ ਐਕਸਪੀਰੀਅੰਸ ਨਵੇਂ ਸਬਕ ਬਈ ਕਈ ਵਾਰ ਸਿੱਖਦਾ ਵਾ। ਸੋ ਮੇਰਾ ਖਿਆਲ ਆ ਉਹੋ ਜਿਹੀ ਫੀਲਡ ਦੇ ਵਿੱਚ ਜਾਣਾ ਜਿਹਦੇ 'ਚ ਕੋਈ ਬੰਦੇ ਦਾ ਕੋਈ ਐਕਸਪੀਰੀਅੰਸ ਨਹੀਂ ਹੈ, ਸੋ ਇਸ ਕਰਕੇ, ਔਰ ਜੇ ਉਸ ਬੰਦੇ ਫੀਲਡ 'ਤੇ ਬੰਦਾ ਚਲੇ ਜਾਏ ਤਾਂ ਫਿਰ ਇੱਥੇ ਜਰਨਲਿਜ਼ਮ ਫਿਰ ਕੌਣ ਕਰੂਗਾ। ਸੋ ਮੇਰੇ ਖਿਆਲ ਆ ਹਰ ਚੀਜ਼ ਜਿਹੜੀ ਆ, ਠੀਕ ਹੈ ਸਿਆਸਤ ਬਹੁਤ ਇੰਪੋਰਟੈਂਟ ਆ, ਪਰ ਫਿਰ ਵੀ ਤੁਸੀਂ ਇਹ ਗੱਲ ਕਹੀ ਆ, ਬਹੁਤ 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 ਧੰਨਵਾਦ। ਮੈਨੂੰ ਕੁਝ ਹੋਰ ਸੱਜਣਾਂ ਨੇ ਵੀ ਇਹ ਵਿਚਾਰ ਦਿੱਤਾ ਵਾ, ਪਰ ਮੇਰੇ ਖਿਆਲ ਇਹਦੇ 'ਚ ਇਹੋ ਹੀ ਆ ਵੀ ਮੇਰੇ ਖਿਆਲ ਜਰਨਲਿਜ਼ਮ ਜਿਹੜੀ ਆ, ਜਦੋਂ ਤੁਸੀਂ ਜਰਨਲਿਜ਼ਮ ਕਰਦੇ ਜੇ ਉਹਦੇ ਜ਼ਰੀਏ ਵੀ ਤੁਸੀਂ ਇੱਕ ਤਰੀਕੇ ਦੀ ਆਪਣੀ ਗੱਲ ਕਹਿ ਸਕਦੇ ਜੇ, ਲੋਕਾਂ ਦੀ ਗੱਲ ਲੋਕਾਂ ਹੋਰ ਲੋਕਾਂ ਤੱਕ ਪਹੁੰਚਾ ਸਕਦੇ ਜੇ, ਸੋ ਉਹ ਵੀ ਇੱਕ ਤਰੀਕੇ ਦੀ ਸੇਵਾ ਜ਼ਰੂਰ ਹੈ। ਹਾਂਜੀ ਗਗਨਦੀਪ ਜੀ, ਹਾਂਜੀ ਥੈਂਕ ਯੂ, ਮੈਂ ਸਹਿਮਤ ਹਾਂ ਤੁਹਾਡੇ ਨਾਲ, ਥੋੜ੍ਹੀ ਜਿਵੇਂ ਕੌਮ ਆਪਣੀ ਕੌਮ ਨੂੰ ਥੋੜ੍ਹੇ ਪੜ੍ਹੇ ਲਿਖੇ ਲੋਕਾਂ ਦੀ ਲੋੜ ਹੈ ਜੀ, ਥੋੜ੍ਹੀ ਸਾਡੀ ਸੋਚ ਜਿਹੜੀ ਗਰੀਬੀ ਵੱਲ ਹੈ ਥੋੜ੍ਹੀ ਅੱਗੇ ਅਗਾਂਹ ਵਧੂ ਹੋਣੀ ਚਾਹੀਦੀ ਹੈ, ਕਿ ਬੜਾ ਦੁੱਖ ਲੱਗਦਾ ਕਿ ਸਟੇਟ ਦਾ ਜੋ ਹਾਲ ਇਸ ਟਾਈਮ ਕਰ ਦਿੱਤਾ ਹੈ ਇਹ ਸਿਆਸੀ ਲੀਡਰਾਂ ਨੇ, ਤਾਂ ਇਸ ਕਰਕੇ ਮੈਂ ਆਪਣੇ ਵਿਚਾਰ ਪੇਸ਼। ਮਿਹਰਬਾਨੀ ਗਗਨਦੀਪ ਜੀ, ਬਹੁਤ ਮਿਹਰਬਾਨੀ, ਦੇਖਦੇ ਹਾਂ ਸਾਡੇ ਅਗਲੇ ਕਾਲਰ ਜਿਹੜੇ ਆ ਕੀ ਵਿਚਾਰ ਰੱਖਣਾ ਚਾਹੁੰਦੇ ਆ। ਹੈਲੋ ਹੈਲੋ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਸੰਧੂ ਸਾਹਿਬ, ਬੇਨਤੀ ਇਹ ਆ ਕਿ ਕਈ ਪਾਰਟੀਆਂ ਵੀ ਆਪਾਂ ਦੇਖੀਆਂ, ਜੇ ਪੁਰਾਣਾ ਥੋੜਾ ਜਿਹਾ ਹਿੰਦੁਸਤਾਨ ਦੀ ਡੈਮੋਕ੍ਰੇਸੀ ਦਾ ਇਤਿਹਾਸ ਭੁੱਲੀਏ। ਭਾਈ ਸਾਹਿਬ ਆਪਣੀ ਪਹਿਲਾਂ ਆਪਣੀ ਇੰਟਰੋਡਕਸ਼ਨ ਦੇ ਦਿਓ, ਜੇ ਨਾ ਹੋਵੇ ਨਾ ਤੇ ਲੋਕੀ ਕਨੈਕਟ ਕਰ ਸਕਦੇ ਆ, ਪਤਾ ਵੀ ਕਿੱਥੋਂ ਬੰਦਾ ਬੋਲ ਰਿਹਾ ਵੀ। ਪ੍ਰੋਫੈਸਰ ਗੁਰਮੇਲ ਸਿੰਘ ਬੋਲਦਾ ਜੀ, ਮੈਂ ਸੈਕਰਾਮੈਂਟੋ ਤੋਂ। ਹਾਂਜੀ ਹਾਂਜੀ ਪ੍ਰੋਫੈਸਰ ਸਾਹਿਬ, ਤੁਸੀਂ ਨਾਰਮਲੀ ਆਪਣਾ ਨਾਂ ਪਹਿਲਾਂ ਦੱਸਦੇ ਨਹੀਂ, ਪਤਾ ਨਹੀਂ ਕੀ ਗੱਲ ਹੈ। ਨਹੀਂ ਚਲੋ ਜੀ, ਹੁਣ ਮੈਂ ਬੇਨਤੀ ਕਰ ਦਿੱਤੀ ਆ ਵੀ ਪ੍ਰੋਫੈਸਰ ਗੁਰਮੇਲ ਸਿੰਘ ਬੋਲਦਾ ਜੀ। ਹਾਂਜੀ ਹਾਂਜੀ। ਤੇ ਬਿਹਾਰ ਦੇ ਵਿੱਚ ਤੁਸੀਂ ਦੇਖ ਲਓ ਜੀ ਵੀ ਲਾਲੂ ਜੀ ਤੇ ਨਿਤੀਸ਼ ਜੀ ਇਕੱਠੇ ਹੋ ਗਏ ਜੀ, ਤੇ ਆਮ ਪਾਰਟੀ ਦੇ ਵਰਕਰ ਬਲਾਕ ਲੈਵਲ ਤੇ ਅਤੇ ਜ਼ਿਲ੍ਹਾ ਲੈਵਲ ਤੇ ਸਿਆਸੀ ਪਾਰਟੀਆਂ ਜਿਵੇਂ DMK NRDMK ਜਿਹੜੇ ਕਦੇ ਕਾਂਗਰਸ ਨਾਲ DMK ਹੋ ਜਾਂਦੀ ਆ, ਕਦੇ NRDMK ਹੋ ਜਾਂਦੀ ਆ ਜੀ। ਆਹ ਦੇਖੋ PDP ਤੇ BJP ਦੀ ਆਈਡੀਓਲੋਜੀ ਵੱਖਰੀ ਵੱਖਰੀ ਆ, ਪਰ ਉਹ ਆਪਣੇ ਮਕਸਦ ਲਈ ਦੂਜੀ ਪਾਰਟੀ ਨੂੰ ਉਹਨਾਂ ਦੇ ਸਿਧਾਂਤਾਂ ਤੋਂ ਵੱਖਰੇ ਹੋ ਗਏ, ਆਪਣੇ ਜਿਹੜੇ ਸਿਧਾਂਤ ਛੱਡ ਕੇ ਰਲ ਜਾਂਦੇ ਆ, ਗੱਲ ਤੁਰਦੀ ਆ ਦਲ ਬਦਲੂ ਦੀ ਜੀ ਜੀ। ਹੁਣ ਜਿਹੜੇ ਇਨਸਾਨ ਦਰ ਬਦਲਦੂ, ਮੇਰਾ ਜਿਹੜਾ ਖਿਆਲ ਹੈ ਨਾ ਜੀ, ਸੰਧੂ ਸਾਹਿਬ ਬੜੇ ਸੋਹਣੇ ਵਿਚਾਰ ਦੱਸ ਰਹੇ ਸਾਰੇ ਜੀ, ਮੇਰਾ ਖਿਆਲ ਇਹ ਆ ਵੀ ਦਲ ਬਦਲ ਦੇ ਮੈਨੂੰ ਤਾਂ ਦੋ ਕਾਰਨ ਲੱਗਦੇ ਆ ਜੀ ਜੀ। ਉਹਦਾ ਪਹਿਲਾ ਕਾਰਨ ਮੈਨੂੰ ਇਹ ਜਾਪਦਾ ਕਿ ਕਈ ਬੰਦੇ ਹੁੰਦੇ ਬੜੇ ਇੰਟੈਲੀਜੈਂਟ ਆ, ਅੱਛਾ, ਔਰ ਪਾਰਟੀ ਦੇ ਵਿੱਚ ਉਹਨਾਂ ਦੇ ਕੈਲੀਬਰ ਦੇ ਅਨੁਸਾਰ ਉਹਨਾਂ ਨੂੰ ਕੋਈ ਮੋਹਰੇ ਨਹੀਂ ਆਉਣ ਦਿੰਦਾ। ਸਹੀ ਗੱਲ ਹੈ। ਭਾਵੇਂ ਉਹਨਾਂ ਕੋਲ ਬੜਾ ਸੋਹਣਾ ਨੌਲੇਜ ਹੁੰਦਾ, ਗਿਆਨ ਹੁੰਦਾ, ਔਰ ਜਿਹੜੀ ਕੁਨਬਾ ਪਰਵਰੀ ਹੁੰਦੀ ਆ ਜਾਂ ਪਰਿਵਾਰ ਦੇ ਵਿੱਚ ਮੈਂਬਰ ਲਈ ਜਾਣੇ ਉਸ ਇਲਾਕੇ 'ਚ ਉਹਨਾਂ ਇਗਨੋਰ ਕਰੀ ਜਾਣਾ, ਉਹ ਫਿਰ ਆਪਣਾ ਚਾਂਸ ਦੇਖਦੇ ਆ ਵੀ ਮੈਂ ਕਿੱਥੇ ਜਾਵਾਂ। ਤੁਹਾਡੇ ਸਾਹਮਣੇ ਹੁਣ ਰਾਮੂ ਵਾਲੀ ਦੀ ਐਗਜ਼ਾਮਪਲ ਬੜੀ ਤਕੜੀ ਆ ਜੀ, ਆਪਣੇ ਸਾਹਮਣੇ ਹੁਣ ਥੋੜ੍ਹਾ ਚਿਰ ਹੀ ਹੋਇਆ ਜਦੋਂ ਹੁਣ ਗਏ ਆ ਆਪਣੇ UP ਚਲ ਗਏ ਜੀ, ਅਤੇ ਉਹਦੇ ਵਿੱਚ ਫਿਰ ਉਹ ਬੰਦੇ ਵਿਚਾਰ ਕਰਦੇ ਰਹਿੰਦੇ ਆ ਵੀ ਅਸੀਂ ਕਿਸ ਤਰ੍ਹਾਂ ਕਰੀਏ, ਉਹ ਘੁੱਟਣ ਫੀਲ ਕਰਦੇ ਆ। ਹਾਂ, ਜਿਵੇਂ ਸੁਖਪਾਲ ਖਹਿਰਾ, ਮੇਰੇ ਖਿਆਲ ਘੁੱਟਣ ਮਹਿਸੂਸ ਕਰ ਰਹੇ ਸੀ ਕਾਂਗਰਸ ਦੇ ਵਿੱਚ। ਹਾਂਜੀ, ਸੁਖਪਾਲ ਖਹਿਰਾ ਜੀ ਵੀ ਘੁੱਟਣ ਮਹਿਸੂਸ ਕਰਦੇ ਸੀ, ਇੱਦਾਂ ਹੋਰ ਬੜੀਆਂ ਐਗਜ਼ਾਮਪਲ ਹੈਗੀਆਂ ਸਰ, ਅਤੇ ਉਹਦੇ ਲਈ ਉਹ ਮਹਿਸੂਸ ਕਰਦੇ ਆ ਵੀ ਸਾਨੂੰ ਕਿਤੇ ਥਾਂ ਮਿਲੇ, ਉਹ ਸੇਵਾ ਕਰਨੀ ਚਾਹੁੰਦੇ ਆ, ਉਹਨਾਂ ਕੋਲ ਕੈਲੀਬਰ ਵੀ ਹੈਗਾ, ਨੌਲੇਜ ਵੀ ਹੈਗਾ, ਪੋਲੀਟੀਕਲ ਥਿੰਕਰ ਆ ਜੀ, ਔਰ ਆਲਰਾਊਂਡ ਨੌਲੇਜ ਹੁੰਦਾ, ਲੋਕਾਂ ਦੀਆਂ ਸਮੱਸਿਆਵਾਂ ਨੂੰ ਜਾਣਦੇ ਆ ਜੀ। ਇਹ ਦੂਸਰੀ ਮੇਰੀ ਇੱਕ ਹਾਂਜੀ ਹਾਂਜੀ ਜੀ ਹਾਂ, ਉਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ, ਵੀ ਦੂਸਰਾ ਕਾਰਨ ਇਹਦਾ ਇਹ ਹੈ ਜੀ ਵੀ ਕਈਆਂ ਵਿੱਚ ਹੋਰ ਲਾਲਸਾ ਇਸ ਗੱਲ ਦੀ ਹੁੰਦੀ ਆ ਕਿ ਉੱਥੇ ਮੈਨੂੰ ਅਹੁਦਾ ਪ੍ਰਾਪਤ ਹੋ ਜੂਗਾ, ਵੀ ਇੱਥੇ ਮੇਰਾ ਸੂਤ ਨਹੀਂ ਲੱਗਦਾ ਵੀ ਚਲੋ ਚੱਲ ਗਏ ਇੱਧਰ ਨੂੰ ਵੇਖ ਲੈਂਦੇ ਹਾਂ ਜੀ ਜੀ। ਉਹਨਾਂ ਦਾ ਜਿਹੜਾ ਕੰਮ ਹੈ ਉਹ ਲੋਕ ਭਲਾਈ ਲਈ ਜਾਂ ਪਬਲਿਕ ਦੇ ਹਿੱਤ ਲਈ ਜਾਂ ਦੇਸ਼ ਲਈ ਨਹੀਂ ਹੁੰਦਾ, ਉਹਨਾਂ ਵਿੱਚ ਸਿਰਫ ਇੰਡੀਵਿਜੁਅਲਿਟੀ ਹੁੰਦੀ ਆ ਵੀ ਮੇਰਾ ਜਿਹੜਾ ਮੇਰਾ ਭਲਾ ਹੋਣਾ ਚਾਹੀਦਾ, ਜੇ ਇੱਧਰ ਨਹੀਂ ਤਾਂ ਮੈਂ ਇੱਧਰ ਕਰ ਲਵਾਂ, ਔਰ ਇਸ ਕਰਕੇ ਉਹ ਦੂਸਰੀਆਂ ਪਾਰਟੀਆਂ ਨੂੰ ਜੁਆਇਨ ਕਰ ਲੈਂਦੇ ਆ। ਬਿਲਕੁਲ ਸਹੀ ਕਿਹਾ, ਕਰਕੇ ਉਹਨਾਂ ਦੇ ਬਿਲਕੁਲ ਠੀਕ ਹੈ ਗੁਰਮੇਲ ਸਿੰਘ ਜੀ, ਸੋਰੀ ਮੈਂ ਕੱਟ ਰਿਹਾ ਕਿਉਂਕਿ ਲੰਬੀ ਗੱਲ ਹੋ ਰਹੀ ਆ,
खास करके जिहड़ी कांग्रेस और अकाली दल दे विच अदला बदली हो रही है वह बिल्कुल अपरचुनिज़म आ, उन्होंने लगता भी उत्थे मैनू टिकट नहीं मिलनी, इत्थे टिकट मिल सकती है, हुण इस पार्टी दा बेहतर चांसिस है जितण दे, इस पार्टी ने हुण सत्ता च रहना वा, इस करके उत्थे जॉइन कर जाइए, कोई ना कोई अहुदा मिल जूगा। सो बहुत लोगों के ये कारण होंगे आ, और जिहड़े हुण लीडर कांग्रेस तो अकाली दल या अकाली दल तो कांग्रेस आ रहे हैं, इंज लग रहा वा कि बहुत सारे का यो ही कारण है। इनफैक्ट सियासी लीडर वालों पार्टियां दी जिहड़ी अदला बदली का जिहड़ा दूसरा कारण ये भी जापदा वा कि किसी भी पार्टी विच हाले तक मेरे मुताबिक अंदरूनी लोकतंत्र जिहड़ा वा वो नज़र नहीं आ रहा। हर पार्टी की कारगुजारी उहदे उपर वाले जिहड़े लीडर आ उह चलाउंदे आ, उही उत्तों डिकटेट करदे आ कि तुसीं इस तरह करना या उस तरह करना वा। पार्टी कैंडीडेट्स भी भावें एम एल ए की इलैक्शन आ, उत्थे भी जिहड़े कैंडीडेट्स आ या किसी शहर का मेयर आ, वह भी उत्तों ही हुक्म आता भी इहनू मेयर होना चाहिए या ये पार्टी के कैंडीडेट नू टिकट मिलनी चाहिए है। लोगों कोई यह जी पावर नहीं गी कि अपने लीडर आप चुन के अपने उम्मीदवार आप चुन जिहड़े पार्टी के मैंबर उस हल्के दे। जिस वेले हेठले लीडर नाखुश हुंदे आ क्योंकि उत्तों हुक्म आता तो वह खब्बे सजे वेख के फिर पार्टी की जिहड़ी किश्ती आ उस फिर छाल मार लेंदे आ। सो इस रुझान नू रोकण दा इको एक तरीका वा वो ये आ कि पार्टियां च इंटरनल मेरे हिसाब नाल जिहड़ी डेमोक्रेसी आ वो लियांदी जावे, शायद इस करके बाहरले मुल्कां च ये रुझान देखण नू नहीं मिलता क्योंकि तो इंटरनल डेमोक्रेसी है, प्राइमरीज होंदियां फिर उस तो बाद सैकेंडरीज फिर उपर तक ही सिस्टम जांदा। हुण तुसीं वेख ही रहे जे अमेरिका च प्रेजिडेंशियल इलैक्शन का सिलसिला इस वेले चल रहा वा और किवें हर स्टेट दे विच किवें कोई लीडर जिहड़ा वा वो चुनिया जांदा वा, उहनूं वोटां मिलदियां वा। उत्थे उल्ट बहुत घट सुनू मिलता वा अमेरिका वर्गे मुल्कों या कैनेडा च या बाकी यूके या किसी होर मुल्क भी कोई डेमोक्रेटिक पार्टी छड़ के कंजरवेटिव पार्टी च गया या फिर उल्टा होया। सो इस करके साडे डेमोक्रेसी दे विच कुछ खामियां वा जिहदे करके ये सिस्टम जिहड़ा वा इस वेले आपां नूं वेखण नूं मिल रहा वा। हुण समां खत्म हो रहा वा, सो अज इन्ना ही। नमस्कार, सत श्री अकाल, खुदा हाफिज़, रब राखा।